ਜੀ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅੱਲਾਹੁਮਾ ਸੱਲ ਅਲਾ ਮੁਹੰਮਦਿਨ ਵਅਲਾ ਆਲਿ ਮੁਹੰਮਦ ਕਮਾ ਸੱਲੈਤਾ ਅਲਾ ਇਬਰਾਹੀਮਾ ਵਅਲਾ ਆਲਿ ਇਬਰਾਹੀਮਾ ਇਨਕਾ ਹਮੀਦੁਲ ਮਜੀਦ। ਅੱਲਾਹੁਮਾ ਬਾਰਿਕ ਅਲਾ ਮੁਹੰਮਦਿਨ ਵਅਲਾ ਆਲਿ ਮੁਹੰਮਦ ਕਮਾ ਬਾਰਕਤਾ ਅਲਾ ਇਬਰਾਹੀਮਾ ਵਅਲਾ ਆਲਿ ਇਬਰਾਹੀਮਾ ਇਨਕਾ ਹਮੀਦੁਲ ਮਜੀਦ। ਅਸਲਾਮ ਅਲੈਕੁਮ ਰਹਿਮਤੁਲਲਾਹਿ ਵਬਰਕਾਤੁਹ। ਉਮੀਦ ਕਰਨਾ ਭੈਣ ਭਰਾ ਸਾਰੇ ਠੀਕ ਠਾਕ ਹੋ ਸੋ, ਅੱਲਾ ਪਾਕ ਸੋ ਸਾਰੇ ਖੁਸ਼ ਰੱਖਣਾ ਜੀ, ਖੁਸ਼ ਰਹੋ, ਆਬਾਦ ਰਹੋ, ਸ਼ਾਦ ਰਹੋ। ਅੱਲਾ ਪਾਕ ਸੋ ਸਾਰੇ ਆਪਣਾ ਖਾਸ ਫਜ਼ਲੋ ਕਰਮ ਕਰ ਰਹੇ ਤਾਂ ਬਰਕਤਾਂ ਨਜ਼ੂਰ ਕਰਵਾ। ਸਭ ਤੋਂ ਪਹਿਲੇ ਅਸਾਂ ਦੁਆ ਮੰਗਸਾਂ ਆਪਣੇ ਫਲਸਤੀਨੀ ਵਾਲੇ ਭੈਣਾਂ ਭਰਾਵਾਂ ਵਾਸਤੇ। ਬਿਲਕੁਲ ਜਨਾਬ, ਅਸਾਂ ਦੁਆ ਮੰਗਣੇ ਆਪਣੇ ਫਲਸਤੀਨੀ ਵਾਲੇ ਭੈਣਾਂ ਭਰਾਵਾਂ ਵਾਸਤੇ। ਅੱਲਾ ਪਾਕ ਉਹਨਾਂ ਪਰ ਆਪਣਾ ਖਾਸ ਫਜ਼ਲੋ ਕਰਮ ਕਰਨ, ਅੱਲਾ ਪਾਕ ਉਹਨਾਂ ਪਰ ਰਹਿਮਤਾਂ ਬਰਕਤਾਂ ਦੀ ਬਾਰਿਸ਼ ਬਰਸਾਉਣਾ ਜੀ। ਉਸ ਤੋਂ ਬਾਅਦ ਅਸਾਂ ਦੁਆ ਮੰਗਸਾਂ ਮਕਬੂਜ਼ਾ ਕਸ਼ਮੀਰ ਵਾਲੇ ਭੈਣਾਂ ਭਰਾਵਾਂ ਵਾਸਤੇ। ਅੱਲਾ ਪਾਕ ਉਹਨਾਂ ਪਰ ਵੀ ਆਪਣਾ ਖਾਸ ਫਜ਼ਲੋ ਕਰਮ ਕਰਨ, ਰਹਿਮਤਾਂ ਬਰਕਤਾਂ ਨਜ਼ੂਰ ਫਰਮਾਉਣ। ਉਸ ਤੋਂ ਬਾਅਦ ਜਨਾਬ, ਸਾਡੇ ਜਿਤਨੇ ਬਜ਼ੁਰਗ ਬੱਚੇ ਭੈਣਾਂ ਭਰਾ ਅੱਜ ਦੁਨੀਆਂ ਜਹਾਨ ਤੋਂ ਚਲੇ ਗਏ, ਅੱਲਾ ਪਾਕ ਉਹਨਾਂ ਸਾਰੇ ਜਨਤ ਫਿਰਦੌਸ ਅਲਾ ਮਕਾਮ ਅਤਾ ਫਰਮਾਉਣ। ਉਸ ਤੋਂ ਬਾਅਦ ਜਿਤਨੇ ਮੁਸਲਮਾਨ ਭੈਣਾਂ ਭਰਾ ਬੱਚੇ ਬਜ਼ੁਰਗ ਦੁਨੀਆਂ ਜਹਾਨ ਤੇ ਬਿਮਾਰ, ਅੱਲਾ ਪਾਕ ਸਾਰੇ ਸ਼ਿਫਾ ਕਾਮਲਾ ਅਤਾ ਫਰਮਾਉਣ। ਅੱਲਾ ਪਾਕ ਹਜ਼ੂਰ ਪਾਕ ਨੇ ਸਦਕੇ ਵਸੀਲੇ ਨਾਲ ਸਾਰਿਆਂ ਪਰ ਆਪਣਾ ਖਾਸ ਫਜ਼ਲੋ ਕਰਮ ਕਰ ਰਹੇ ਤਾਂ ਬਰਕਤਾਂ ਦੀ ਬਾਰਿਸ਼ ਬਰਸਾਉਣ। ਆਮੀਨ ਸੁਮ ਆਮੀਨ। ਅੱਲਾ ਪਾਕ ਸਾਰਿਆਂ ਕੀ ਝੋਲੀਆਂ ਭਰ ਭਰ ਕੇ ਰਿਜ਼ਕ ਵੀ ਦੇ। ਆਮੀਨ ਸੁਮ ਆਮੀਨ। ਬਿਲਕੁਲ ਜਨਾਬ, ਅੱਜ ਅਗਰ ਮੌਸਮ ਦੀ ਗੱਲ ਕੀਤੀ ਜਾਏ ਤਾਂ ਮੌਸਮ ਜਨਾਬ ਅੱਜ ਸੁਬਾਹ ਦੀ ਬਾਰਿਸ਼ ਲੱਗੀ ਹੈ ਔਰ ਬਾਰਿਸ਼ ਨਾ ਯਾਨੀ ਕਿ ਖੜੀ ਹੋਣੀ ਅੱਜ ਕੋਈ ਇਮਕਾਨ ਨਹੀਂ ਆਣ ਕਿ ਅੱਜ ਸ਼ਾਮ ਤੱਕ ਬਾਰਿਸ਼ ਰਹਿ ਸੀ, ਹੋ ਸਕਣਾ ਰਾਤੀ ਵੀ ਹੋਗਾ। ਬਿਲਕੁਲ ਜੀ, ਮੌਸਮ ਫਿਰ ਠੰਡਾ ਹੋ ਗਿਆ, ਇੱਕ ਵਾਰੀ ਦੋ ਤਰ੍ਹਾਂ ਧੁੱਪ ਲੱਗੀ ਹੈ, ਮਾਸ਼ਾਅੱਲਾ ਬਿਹਤਰੀਨ ਮੌਸਮ ਸੀ, ਲੇਕਿਨ ਅੱਜ ਫਿਰ ਬਾਰਿਸ਼ ਹੋਈ ਹੈ, ਠੰਡ ਹੋ ਗਈ ਹੈ। ਚਲੋ ਜੀ, ਇਹ ਅੱਲਾਹ ਦਾ ਨਿਜ਼ਾਮ ਹੈ, ਬਣਾਇਆ ਜਨਾਬ, ਇਸਨੇ ਬਿਲਕੁਲ ਨਾ ਸ਼ੁਕਰੀ ਨਹੀਂ ਕਰਨੀ ਚਾਹੀਦੀ, ਅੱਲਾਹ ਦਾ ਸ਼ੁਕਰ ਅਦਾ ਕਰਨਾ ਚਾਹੀਦਾ। ਅੱਲਾਹ ਪਾਕ ਜਿਸ ਹਾਲ ਵਿੱਚ ਵੀ ਰੱਖਣ, ਖੁਸ਼ ਰਹੋ, ਰਾਜ਼ੀ ਰਹੋ, ਠੀਕ ਹੈ ਜੀ। ਇਹ ਬਾਰਿਸ਼ ਧੁੱਪ, ਇਹ ਅੱਲਾਹ ਪਾਕ ਇੱਕ ਨਿਜ਼ਾਮ ਬਣਾਇਆ ਆਪਣੇ ਹਿਸਾਬਾਂ ਨਾਲ ਉਹਨਾਂ ਰੱਖਿਆ ਕਿ ਜ਼ਿਆਦਾ ਧੁੱਪ ਹੋ ਜਾਏ ਤਾਂ ਵੀ ਗਰਮੀ ਹੋ ਜਾਣੀ ਹੈ, ਜੇ ਜ਼ਿਆਦਾ ਬਾਰਿਸ਼ ਠੰਡ ਹੋਵੇ ਤਾਂ ਵੀ ਠੰਡ ਹੋ ਜਾਣੀ ਹੈ। ਇਹ ਅੱਲਾਹ ਪਾਕ ਇੱਕ ਨਿਜ਼ਾਮ ਬਣਾਇਆ ਆਪਣਾ, ਉਸ ਨਿਜ਼ਾਮ ਵਿੱਚ ਬੰਦੇ ਕਿ ਰਾਜ਼ੀ ਰਹਿਣਾ ਚਾਹੀਦਾ, ਬਿਲਕੁਲ ਅੱਲਾਹ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਯਾ ਅੱਲਾਹ ਸ਼ੁਕਰ ਹੈ ਤੇਰਾ, ਜਿਸ ਸਾਰੇ ਤੂੰ ਰੱਖਿਆ ਸਾਂ ਕਿ ਰਾਜ਼ੀ ਹੈ। ਅਲਹਮਦੁਲਿਲਾਹ, ਆਮੀਨ ਸੁਮ ਆਮੀਨ। ਬਿਲਕੁਲ ਜਨਾਬ, ਅੱਜ ਅਸਾਂ ਰੈਸਪੀ ਇੱਕ ਹੋਰ ਇਨਕਾ ਹਾਜ਼ਰ ਹੋ ਗਏ ਜਨਾਬ ਤੁਹਾਡੀ ਖਿਦਮਤ ਵਿੱਚ। ਮੈਂ ਤਾਂ ਕੈਮਰਾਮੈਨ, ਮਾੜੇ ਓਰੀਜਨਲ ਕੈਮਰਾਮੈਨ ਜਿਹੜੇ ਉਹ ਅੱਜ ਕੋਈ, ਉਹ ਬਿਜ਼ੀ, ਹੋਰ ਕੈਮਰਾਮੈਨ ਇਹ ਵੀ ਵੀਡੀਓ ਮਾਸ਼ਾਅੱਲਾ ਨਾਈਸ ਬਣਾਉਣੇ ਜਨਾਬ। ਅੱਗੇ ਵੀ ਨਾ ਬਣਾਈ ਸੀ ਦੂਈ ਚੰਪਾ ਲਈ ਵੀ, ਉਹ ਵੀ ਨਾਈਸ ਬਣੀ ਸੀ। ਹੁਣ ਫਿਰ ਜਨਾਬ ਅਸਾਂ ਇਹਨਾਂ ਕੀ ਆਖਿਆ ਜੀ, ਆਓ ਸਾਡੇ, ਤੁਸੀਂ ਜਿਹਨਾਂ ਨਾਲ ਸਾਡੇ ਹੈਲਪ ਕਰੋ। ਇਹਨਾਂ ਆਖਿਆ ਜੀ ਬਿਲਕੁਲ ਆ ਜਾਣੇ, ਕਿਉਂ ਨਹੀਂ, ਬਿਲਕੁਲ ਜਨਾਬ ਇਹ ਸਾਡੀ ਵੀਡੀਓ ਬਣਾ ਸਨ। ਅਸਾਂ ਅੱਜ ਤੁਸਾਂ ਵਾਸਤੇ ਬਣਾਉਣ ਲੱਗੇ ਹਾਂ ਜਨਾਬ, ਬਿਰਿਆਨੀ ਬਣਾ ਸਾਂ, ਲੇਕਿਨ ਚੰਪਾ ਲਈ ਬਿਰਿਆਨੀ ਬਣਾ ਸਾਂ, ਕਿਉਂਕਿ ਸਾਡੇ ਕੈਮਰਾਮੈਨ ਜਿਹੜੇ ਦੂਏ ਨਿੱਕੇ ਕੈਮਰਾਮੈਨ ਸਾਡੇ, ਉਹ ਪਸੰਦ ਕਰਦੇ ਚੰਪਾ, ਅਤੇ ਲੈਮ ਨਹੀਂ ਹੈ ਚੰਪਾ ਜਨਾਬ, ਉਹ ਪਸੰਦ ਕਰ ਰਹੇ ਜੀ, ਉਹਨਾਂ ਲਈ ਬਿਰਿਆਨੀ ਨਾਇਸ ਹੀ ਹੋਵੇ। ਮੈਂ ਕਿਹਾ ਜਨਾਬ ਬਿਲਕੁਲ ਤੁਸਾਂ ਵਾਸਤੇ ਬਿਰਿਆਨੀ ਬਣਾ ਸਾਂ ਅੱਜ। ਸੋ ਭੈਣਾਂ ਭਰਾ ਵੀ ਸਾਰੇ ਤੱਕਿਆ ਵੀਡੀਓ ਜ਼ਰੂਰ, ਜਿਸ ਰੈਸਪੀ ਕੀ ਫਾਲੋ ਕਰਿਆ ਜ਼ਰੂਰ, ਤੁਸੀਂ ਇਸ ਤਰ੍ਹਾਂ ਬਣਾਇਆ ਵੀ ਪਤਾ, ਤੁਸੀਂ ਸਾਰੇ ਅੱਛੀ ਤੋਂ ਅੱਛੀ ਰੈਸਪੀ ਬਣਾਉਣੇ, ਅੱਛੇ ਤੋਂ ਅੱਛੇ ਖਾਣੇ ਬਣਾਉਣੇ ਹੋ। ਲੇਕਿਨ ਇਹ ਹੋਣਾ ਵੀ ਚਲੋ ਜ਼ਰਾ ਇੱਕ ਅਸਾਂ ਬਣਾਉਣੇ ਆ ਖਾਣਾ, ਤਾਂ ਚਲੋ ਨਾਲ ਤੁਸੀਂ ਕੀ ਦੱਸਣਾ, ਜਿੰਨੇ ਭੈਣਾਂ ਭਰਾਵਾਂ ਕਿ ਥੋੜ੍ਹਾ ਜਿਹਾ ਨਹੀਂ ਇਲਮ ਹੋਏ ਕਿਸ ਤਰ੍ਹਾਂ ਬਣਾਉਣੀ ਹੋਣ, ਕਈਆਂ ਨੇ ਮੈਸੇਜ ਸਾਈਡ ਦਾ ਆ ਜਾਣੇ ਹੋਣੇ, ਕਈ ਸਟੂਡੈਂਟ ਇੱਥੇ ਰਹਿਣੇ ਨੇ, ਕਈ ਘੱਲੇ ਰਹਿਣੇ ਨੇ ਵਿਚਾਰੇ, ਜਾਂ ਹੋਰ ਸਾਡੀਆਂ ਭੈਣਾਂ ਜਿਹੜੀਆਂ ਆਉਣੀਆਂ, ਚਲੋ ਯਾਰ ਕੋਈ ਰੈਸਪੀ ਲਾ ਕੇ ਤੱਕਣੇ ਕਿਸ ਤਰ੍ਹਾਂ ਬਣਨੀ ਹੈ, ਇਹ ਚੀਜ਼ ਅਸੀਂ ਬਣਾਉਣੇ ਇਸ ਤਰ੍ਹਾਂ, ਅਸਾਂ ਬਣਾ ਕੇ ਲਾਉਣੇ ਆ, ਤੁਸੀਂ ਭੈਣਾਂ ਭਰਾ ਤੱਕੋ ਔਰ ਇਸ ਤਰ੍ਹਾਂ ਚੀਜ਼ ਬਣਾਓ, ਠੀਕ ਹੈ ਜੀ। ਬਿਲਕੁਲ ਤੁਸੀਂ ਖਿਦਮਤ ਵਿੱਚ ਹਾਜ਼ਰ ਜਨਾਬ, ਅੱਜ ਫਿਰ ਰੈਸਪੀ ਸੌਣ ਬਣਾਉਣ ਲੱਗੇ ਜਨਾਬ। ਆ ਜਾਓ ਕੈਮਰਾਮੈਨ ਜੀ ਕਲੋਜ਼, ਦੱਸੀਏ ਬਾਈ ਰੈਸਪੀ 'ਚ ਕਿਹੜੀ ਕਿਹੜੀ ਚੀਜ਼ ਸ਼ਾਮਿਲ ਕਰ ਸਾਂ ਅਸਾਂ, ਆ ਜਾਓ। ਬਿਲਕੁਲ ਜਨਾਬ, ਰੈਸਪੀ 'ਚ ਅਸਾਂ ਸ਼ਾਮਿਲ ਕਰ ਸਾਂ ਜਨਾਬ, ਸਭ ਤੋਂ ਪਹਿਲੇ ਗੋਸ਼ਤ, ਇਹ ਚੌਂਪਨ ਚੌਂਪਾਂ ਜਨਾਬ ਇੱਧਰ, ਲੇਕਿਨ ਚੌਂਪਾਂ ਜਿਹੜੀਆਂ ਇਹ ਤੁਸੀਂ ਆਪਣੀ ਮਰਜ਼ੀ ਨਾਲ ਬਣਾਉਣੀਆਂ, ਠੀਕ ਹੈ ਜੀ। ਜਿੱਥੇ ਤੁਸੀਂ ਕੀ ਚਾਹੀਦੀਆਂ, ਜਿਸ ਤਰ੍ਹਾਂ ਤੁਸੀਂ ਬਣਾਉਣਾ ਹੈ ਬਿਰਿਆਨੀ ਬਣਾਉਣੀ ਹੈ, ਉਸ ਹਿਸਾਬ ਨਾਲ ਤੁਸੀਂ ਚੌਂਪਾਂ ਲੈਣੀਆਂ, ਠੀਕ ਹੈ ਜੀ।
ਅਸਾਂ ਆਪਣੇ ਹਿਸਾਬਾਂ ਨਾਲ ਥੋੜ੍ਹੀ ਜਿਹੀ ਇੰਨੀਆਂ ਜੋ ਜੋ ਕੁਝ ਅਸਾਂ ਬਣਾਉਣਾ, ਠੀਕ ਹੈ ਜੀ। ਉਸ ਤੋਂ ਬਾਅਦ ਜਨਾਬ ਓਨੀਅਨ, 4-5 ਓਨੀਅਨ ਹਨ ਸਾਡੇ ਕੋਲ। ਉਸ ਤੋਂ ਬਾਅਦ ਇੱਧਰ ਜਨਾਬ ਇਹ ਸਾਡੇ ਕੋਲ ਅਦਰਕ ਅਤੇ ਥੋਮ ਹੈ ਜਨਾਬ, ਇਹ ਸਾਹਮਣੇ ਇਹ ਅਸਾਂ ਜਨਾਬ ਇੱਥੇ ਤਿਆਰ ਕਰਕੇ ਰੱਖੇ ਹੈ। ਉਸ ਤੋਂ ਅੱਗੇ ਇਹ ਮਸਾਲਾ ਅਸੀਂ ਸ਼ਾਮਿਲ ਕਰ ਸਕਾਂ ਜੀ, ਬਿਰਿਆਨੀ ਮਸਾਲਾ ਲਜ਼ੀਜ਼ਾ ਲਿਆਉਣਾ ਇਸ ਨੇ ਸ਼ਾਮਿਲ ਕਰ ਸਕਾਂ, ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਅਸਾਂ ਫਰੈਸ਼ ਟਮੈਟੋ ਬਣੇ ਹੋਣੇ ਸਾਂ, ਅੱਜ ਅਸਾਂ ਜਨਾਬ ਇਹ ਟਰਾਈ ਕਰ ਸਕਾਂ ਜੀ, ਇਸ ਨਾਲ ਵੀ ਨਾਈਸ ਬਣਨੀ ਹੈ, ਚਾਪਡ ਟਮੈਟੋ ਹੈ ਜੀ, ਅੱਜ ਇਹ ਟਰਾਈ ਕਰ ਸਕਾਂ ਜਨਾਬ, ਅਸਾਂ ਇਹ ਬਸ ਇਹ ਸ਼ਾਮਿਲ ਕਰ ਸਕਾਂ ਇਹਦੇ ਵਿੱਚ। ਉਸ ਤੋਂ ਬਾਅਦ ਜਨਾਬ ਅੱਗੇ ਅਸਾਂ ਕੋਲ ਤੇਲ ਹੈ, ਤੁਸੀਂ ਆਪਣੀ ਮਰਜ਼ੀ ਨਾਲ ਸਾਰਾ ਕੁਝ ਇਹ ਬਣਾ, ਅਸਾਂ ਇੱਕ ਤੁਸੀਂ ਕੀ ਦੱਸਿਆ ਕਿਹੜੀ ਕਿਹੜੀ ਚੀਜ਼ ਪੈਸੀ ਬਾਕੀ ਬਣੀ, ਤੁਸੀਂ ਸਾਰੀਆਂ ਚੀਜ਼ਾਂ ਆਪਣੇ ਅੰਦਾਜ਼ੇ ਨਾਲ ਸ਼ਾਮਿਲ ਕਰਨੀਆਂ ਇਸ ਵਿੱਚ, ਕਿ ਜਿਤਨਾ ਤੁਸੀਂ ਪਸੰਦ ਕਰ ਰਹੇ ਹੋ, ਮਿਰਚਾਂ, ਨਿਮਕ ਵਗੈਰਾ। ਉਸ ਤੋਂ ਅੱਗੇ ਜਨਾਬ, ਉਸ ਤੋਂ ਅੱਗੇ ਜਨਾਬ ਸਾਡੇ ਕੋਲ ਯੋਗਟ ਹੈ, ਯੋਗਟ ਵੀ ਜਨਾਬ ਅਸਾਂ ਥੋੜ੍ਹਾ ਜਿਹਾ ਦਿੰਦੇ ਹੈ, ਇਹ ਤਕਰੀਬਨ ਅਸਾਂ ਕੋਲ 4 ਸਪੂਨ ਯੋਗਟ ਹੈ। ਉਸ ਤੋਂ ਅੱਗੇ ਨਿਮਕ ਹੈ ਥੋੜ੍ਹਾ ਜਿਹਾ ਸਾਡੇ ਕੋਲ ਜਨਾਬ। ਉਸ ਤੋਂ ਅੱਗੇ ਇੱਧਰ ਆ ਜਾਓ, ਜਦੋਂ ਅਸਾਂ ਤਹਿਵਾਂ ਲਾਸਾਂ ਉਹ ਅਸਾਂ ਨਾਲ ਨਾਲ ਜਨਾਬ ਇਹ ਬਾਣੇ ਜੇ ਅਸਾਂ ਆਪਣਾ ਨਿੰਬੂ ਉੱਪਰ ਰੱਖਾਂ, ਉਸ ਤੋਂ ਬਾਅਦ ਆਪਣੇ ਚਾਵਲ ਫਿਰ ਉੱਪਰ ਯਾਨੀ ਕਿ ਸਾਲਣ ਚਿੰਪ ਚਾਂਪਾਂ ਉੱਪਰ ਸ਼ਾਮਿਲ ਕਰ ਸਕਾਂ ਉਹਨਾਂ ਵਿੱਚ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਅਸਾਂ ਇੱਧਰ ਤਿਆਰ ਕਰਕੇ ਰੱਖੀਆਂ ਜਨਾਬ। ਇੱਧਰ ਸਾਡੇ ਕੋਲ ਇਹ ਲੈਮਨ, ਇਹ ਸਾਡੇ ਕੋਲ ਗ੍ਰੀਨ ਚਿੱਲੀ ਹੈ, ਇਹ ਜਨਾਬ ਸਾਡੇ ਕੋਲ ਹਰਾ ਧਨੀਆ ਹੈ, ਠੀਕ ਹੈ ਜੀ। ਮਾਸ਼ਾ ਦਾ ਖੁਸ਼ਬੋ ਇਤਨੀ ਨਾਇਸ ਆ ਰਿਹਾ ਧਨੀਆ। ਉਸ ਤੋਂ ਬਾਅਦ ਅੱਗੇ ਇੱਧਰ ਸਾਡੇ ਕੋਲ ਪੂਦਨਾ ਹੈ, ਫਰੈਸ਼ ਪੂਦਨਾ ਹੈ ਜੀ, ਮਾਸ਼ਾਅੱਲਾ ਨੇ ਦੋਵਾਂ ਦੀ ਇਤਨੀ ਨਾਇਸ ਖੁਸ਼ਬੋ ਹੈ, ਦਿਲ ਕਰਨਾ ਬਿਰਿਆਨੀ ਹੋਇਆ ਤਾਂ ਹੋਣੀ ਸ਼ੁਰੂ ਕਰੀਏ ਤਾਂ ਖਾਈਏ, ਇਤਨੀ ਨਾਇਸ ਖੁਸ਼ਬੋ ਹੈ, ਇਹ ਅੱਲਾ ਦੀਆਂ ਨਿਆਮਤਾਂ ਸਾਰੀਆਂ ਜੀ। ਉਸ ਤੋਂ ਬਾਅਦ ਜਨਾਬ ਸਾਡੇ ਕੋਲ ਚਾਵਲ ਹਨ, ਠੀਕ ਹੈ ਜੀ। ਚਾਵਲ ਜਿਹੜੇ ਸਾਡੇ ਕੋਲ ਉਹ ਅਸਾਂ ਇਹ ਚਾਵਲ ਜਨਾਬ ਇੱਧਰ ਯਾਨੀ ਕਿ ਤੁਸੀਂ ਘੰਟਾ ਇੱਕ ਪਹਿਲੇ ਚਾਵਲ ਜਿਹੜੇ ਨੇ ਪਾਣੀਆਂ ਵਿੱਚ ਭਿਗੋ ਕੇ ਰੱਖ ਛੱਡੋ, ਸੇੜ ਕੇ ਰੱਖੋ, ਠੀਕ ਹੈ ਜੀ, ਕਿਉਂਕਿ ਇਹ ਫਿਰ ਸਹੀ ਪੱਕ ਸਨ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਤੁਸੀਂ ਕੀ ਦੱਸੀਆਂ ਨਾ, ਇਹ ਤੁਸਾਂ ਦੀ ਆਪਣੀ ਮਰਜ਼ੀ ਦੇ ਮੁਤਾਬਕ ਹਨ, ਜਿਤਨੀ ਤੁਸੀਂ ਬਿਰਿਆਨੀ ਬਣਾਉਣੀ ਹੈ, ਕਿਤਨੇ ਬੰਦੇ ਤੁਸੀਂ ਖਾਣੇ ਲਿਓ, ਕਿਆ ਹਿਸਾਬ ਕਿਤਾਬ ਹੈ, ਨਿਮਕ ਮਿਰਚਾਂ ਇਹ ਸਾਰਾ ਤੁਸੀਂ ਆਪਣੇ ਇੱਕ ਅੰਦਾਜ਼ੇ ਨਾਲ ਬਣਾ, ਸਾਰਾ ਦੱਸਣ ਦਾ ਮਕਸਦ ਇਹ ਚੀਜ਼ਾਂ ਇਹਨੇ ਸ਼ਾਮਿਲ ਹੋ ਸਕਣ, ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਇੱਕ ਹੋਰ ਚੀਜ਼ ਨਾ, ਇਹ ਦੇਸ਼ਕਾ ਅਸਾਂ ਦੱਸਣੇ ਆ, ਕੈਮਰਾ ਮੈਂ ਜੀ ਜਰਾ ਕਲੋਜ਼ ਆ ਸਕਦੇ ਹੋ, ਠੀਕ ਹੈ ਜੀ। ਇਹ ਜਨਾਬ ਇਸ ਵਿੱਚ ਅਸਾਂ ਸਾਬਤ ਮਸਾਲਾ, ਜ਼ੀਰਾ, ਥੋੜ੍ਹਾ ਜਿਹਾ ਆਇਲ ਪਾਇਆ ਅਤੇ ਹਰੀਆਂ ਮਿਰਚਾਂ ਪਾਈਆਂ, ਠੀਕ ਹੈ ਜੀ। ਇਸਨੇ ਵਿੱਚ ਅਸਾਂ ਪਾਣੀ ਬਾਸਾਂ ਔਰ ਅਸੀਂ ਚਾਵਲ ਬਾ ਕੇ ਇਸ ਵਿੱਚ ਉਬਾਲ ਸਾਂ ਚਾਵਲ, ਠੀਕ ਹੈ ਜੀ। ਇਹ ਅਸਾਂ ਇੱਧਰ ਤਿਆਰ ਕੀਤੇ ਆ, ਇਹ ਜਿਹੜਾ ਅਸਾਂ ਇਸ ਵਿੱਚ ਨਿਮਕ, ਉਸ ਤੋਂ ਬਾਅਦ ਸੋਰੀ ਨਿਮਕ ਵੀ ਇਸ ਵਿੱਚ ਬਾਸਾਂ, ਅਸੀਂ ਨਿਮਕ ਪਾਇਆ ਨਹੀਂ, ਸ਼ਾਮਿਲ ਨਹੀਂ ਕੀਤਾ ਇਸ ਵਿੱਚ, ਨਿਮਕ ਵੀ ਸ਼ਾਮਿਲ ਕਰ ਸਾਂ ਜ਼ਰੂਰ। ਇਹ ਕੰਮ ਜਿਹੜਾ ਬਾਅਦ ਹੀ ਤੁਸੀਂ ਕੀ ਦੱਸਾਂ, ਸਭ ਤੋਂ ਪਹਿਲਾਂ ਅਸਾਂ ਆਂਡੀਆਂ ਕਰ ਰਹੇ ਹਾਂ, ਠੀਕ ਹੈ ਜੀ। ਇਹ ਜਿਹੜਾ ਨਾਲ ਨਾਲ ਇਹ ਹੋਣਾ ਰਿਹਾ ਸੀ, ਜਦੋਂ ਅਸੀਂ ਚਾਵਲ ਇਸ ਵਿੱਚ ਭਿਗੋ ਸਾਂ ਆਪਣਾ ਉਬਾਲ ਸਾਂ, ਉਹ ਅਸਾਂ ਤੁਸੀਂ ਕੀ ਨਾਲ ਦੱਸਾਂ ਜ਼ਰੂਰ, ਠੀਕ ਹੈ ਜੀ। ਹੁਣ ਅਸਾਂ ਜਨਾਬ ਆਪਣੀ ਰੈਸਪੀ ਦਾ ਆਗਾਜ਼ ਕਰਨ ਲੱਗੇ ਹਾਂ। ਬਿਸਮਿਲ੍ਲਾ ਰਹਿਮਾਨ ਰਹੀਮ ਪੜ੍ਹ ਕੇ ਸਭ ਤੋਂ ਪਹਿਲੇ ਆ ਜਾਓ ਜੀ ਕੋਲ ਕੈਮਰਾਮੈਨ, ਬਿਸਮਿਲ੍ਲਾ ਪੜ੍ਹ ਕੇ ਜੀ ਸਭ ਤੋਂ ਪਹਿਲੇ ਅਸੀਂ ਸ਼ਾਮਿਲ ਕਰ ਸਾਂ ਜਨਾਬ ਲੈਮ ਦੀਆਂ ਚਾਂਪਾਂ ਜਿਹੜੀਆਂ ਅਸਾਂ ਲਈਆਂ ਸੀ, ਠੀਕ ਹੈ ਜੀ। ਬਿਸਮਿਲ੍ਲਾ ਰਹਿਮਾਨ ਰਹੀਮ। ਉਸ ਤੋਂ ਅੱਗੇ ਜਨਾਬ ਅਸਾਂ ਜਿਹੜਾ ਓਨੀਅਨ ਇੰਦੇ ਸੀ ਸ਼ਾਮਿਲ ਕਰ ਰਹੇ ਹਾਂ ਇਸ ਵਿੱਚ, ਯਾਨੀ ਕਿ ਤਕਰੀਬਨ 4 ਓਨੀਅਨਸ ਸਾਡੇ ਕੋਲ ਹੈ ਜੀ, 5 ਵੈਸੇ ਜਿਹੜਾ ਮੈਂ ਇਸਨੇ ਤਰੀਕੇ ਜਿਹੜੇ ਉਹ ਕਾਫੀ ਸਾਰੇ ਬਣਾਉਣੇ ਆ, ਠੀਕ ਹੈ ਜੀ। ਤੁਸੀਂ ਜਿਸ ਤਰੀਕੇ ਦਾ ਵੀ ਬਣਾਉਣਾ ਚਾਹੋ ਬਣਾ ਸਕਦੇ ਹੋ, ਲੇਕਿਨ ਅਸਾਂ ਇਸ ਤਰੀਕੇ ਨਾਲ ਬਣਾ ਸਕੇ। ਇਸ ਵਿੱਚ ਅਸੀਂ ਸ਼ਾਮਿਲ ਕਰ ਦਿੱਤਾ ਹੁਣ ਜਨਾਬ ਇਹ ਆਪਣਾ ਓਨੀਅਨ, ਹੁਣ ਅੱਗੇ ਸ਼ਾਮਿਲ ਕਰ ਸਾਂ ਅਸਾਂ ਗਾਰਲਿਕ ਅਤੇ ਅਦਰਕ, ਠੀਕ ਹੈ ਜੀ। ਥੋਮ ਅਤੇ ਅਦਰਕ ਜਿਹੜਾ ਅਸੀਂ ਇੱਧਰ ਰੈਡੀ ਕੀਤੇ ਸੀ ਇਹ ਸ਼ਾਮਿਲ ਕਰ ਰਹੇ ਹਾਂ, ਠੀਕ ਹੈ ਜੀ। ਇਹ ਅਸਾਂ ਮੈਂ ਅਗਲੀ ਵੀਡੀਓ 'ਚ ਵੀ ਬਾਈ ਸੀ ਵੈਸਾ ਇਹ ਜਿਹੜਾ ਨਾ ਤਿਆਰ ਕਰਕੇ ਰਾਖੀ ਨੇ ਜਦੋਂ ਸਾਡੇ ਕੋਲ ਟਾਈਮ ਹੋਣਾ, ਕਿਉਂਕਿ ਜਲਦੀ 'ਚ ਫਿਰ ਉਸਦਾ ਟਾਈਮ ਨਹੀਂ ਹੋਣਾ ਜੀ, ਇਸ ਕੀ ਹੁਣ ਤਿਆਰ ਕਰੋ, ਠੀਕ ਹੈ ਜੀ। ਬਿਲਕੁਲ ਜਨਾਬ ਇਹ ਚੀਜ਼ਾਂ ਸਾਰੀਆਂ ਸਾਡੇ ਕੋਲ ਹੋ ਗਈਆਂ ਤਿਆਰ। ਉਸ ਤੋਂ ਅੱਗੇ ਅਸਾਂ ਨਿਮਕ ਜਿਹੜਾ ਇੱਥੇ ਰੱਖਿਆ ਸੀ ਅਸੀਂ ਸ਼ਾਮਿਲ ਕਰ ਰਹੇ ਹਾਂ, ਠੀਕ ਹੈ ਜੀ।
ਬਿਲਕੁਲ ਜਨਾਬ, ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਤਿਆਰ ਹੋ ਗਈਆਂ। ਹੁਣ ਅਸਾਂ ਇਸਦੇ ਵਿੱਚ ਥੋੜ੍ਹਾ ਜਿਹਾ ਪਾਣੀ ਸ਼ਾਮਿਲ ਕਰ ਸਾਂ, ਪਾਣੀ ਸ਼ਾਮਿਲ ਕਰਕੇ ਅਸਾਂ ਇਸ ਜਨਾਬ ਫਿਰ ਚੁੱਲ੍ਹੇ ਚੁੱਲ੍ਹਾ ਬਾਲ ਛੁੱਟ ਸਾਂ, ਤਾਂ ਕਿ ਇਹ ਜਿਹੜਾ ਨਾ ਇੱਧਰ ਗਲਦੀਆਂ ਰਹਾਂ, ਨਾਲ ਅਸਾਂ ਉੱਧਰ ਜਨਾਬ ਇਸ ਤਿਆਰ ਕਰ ਸਾਂ, ਨਾਲ ਅਸਾਂ ਉੱਧਰ ਚਾਵਲ ਵੀ ਉਬਾਲ ਸਾਂ। ਠੀਕ ਹੈ ਜੀ, ਬਿਸਮਿਲ੍ਲਾ ਰਹਿਮਾਨ ਰਹੀਮ। ਬਿਲਕੁਲ ਅਸਾਂ ਚੁੱਲ੍ਹਾ ਆਨ ਕਰਨੇ ਹੁਣ, ਇਹ ਸਾਰੀਆਂ ਚੀਜ਼ਾਂ ਇਸਨੇ ਸ਼ਾਮਿਲ ਹੋ ਗਈਆਂ। ਹੁਣ ਅਸਾਂ ਇਹਨੇ ਕਿ ਜਨਾਬ ਸਾਰੀਆਂ ਚੀਜ਼ਾਂ ਇਸ ਸ਼ਾਮਿਲ ਕਰ ਛੱਡੀਆਂ, ਹੁਣ ਅਸਾਂ ਇਸ ਜਨਾਬ ਮਿਕਸ ਕਰਕੇ ਛੋੜਦੇ ਸਾਂ ਜਨਾਬ। ਅੱਗ ਲਾਈ ਹੈ, ਹੁਣ ਚੁੱਲ੍ਹਾ ਬਾਲਿਆ। ਇਹ ਜਨਾਬ ਸਾਡੀਆਂ ਚਾਂਪਾਂ ਤਕਰੀਬਨ ਅੱਧਾ ਘੰਟਾ 40 ਮਿੰਟ ਇਨ ਸਨ, ਠੀਕ ਹੈ ਜੀ, ਤਿਆਰ ਹੋਣੇ ਕਿ ਤਕਰੀਬਨ ਮਾੜਾ ਅੰਦਾਜ਼ਾ ਆਈ ਹੋਈ ਹੈ, ਪਰ ਨਾਲ ਨਾਲ ਅਸੀਂ ਚੈੱਕ ਕਰਨੇ ਰਹੇ ਸਾਂ ਜ਼ਰੂਰ ਹੈ ਜੀ। ਅੰਦਾਜ਼ਾ ਆਈ ਹੈ ਵੀ ਤਕਰੀਬਨ ਇਤਨਾ ਟਾਈਮ ਇੰਜ ਸਨ। ਠੀਕ ਹੈ ਜੀ, ਹੁਣ ਅਸਾਂ ਜਨਾਬ ਇਹਨਾਂ ਕੀ ਚੁੱਲ੍ਹਾ ਸਾਡਾ ਆਨ ਹੈ, ਇਹਨਾਂ ਕਿ ਅਸਾਂ ਹੁਣ ਗਲਣ ਦੇਣੇ ਆ। ਠੀਕ ਹੈ ਜੀ, ਚਾਂਪਾਂ ਅਸਾਂ ਇੱਧਰ ਚਾਂਪਾਂ ਤਾਂ ਇਹ ਜਿਤਨੀ ਦੇਰ ਤੱਕ ਇਹ ਸਾਡੀਆਂ ਤਿਆਰ ਹੋਣੀਆਂ। ਬਿਲਕੁਲ ਜਨਾਬ, ਬਿਲਕੁਲ ਸਿੰਪਲ ਜਿਹਾ ਤਰੀਕਾ ਹੈ, ਔਰ ਵੀ ਕਈ ਤਰੀਕੇ ਨੇ ਬਣਾਉਣੇ ਨੇ, ਲੇਕਿਨ ਇਹ ਤਰੀਕਾ ਸਿੰਪਲ ਜਿਹਾ। ਇੱਧਰ ਤੁਸੀਂ ਨੇ ਗੋਸ਼ਤ ਤਿਆਰ ਹੋਣਾ ਰਿਹਾ ਸੀ, ਇੱਧਰ ਤੁਸੀਂ ਨੇ ਚਾਵਲ ਉਬਲ ਜਾ ਸਨ, ਅਸੀਂ ਚਾਵਲ ਨਾਲ ਅਸੀਂ ਸ਼ੁਰੂ ਕਰਨੇ, ਥੋੜ੍ਹੀ ਦੇਰੀ ਬਾਅਦ ਜਦੋਂ ਇਹ ਤਕਰੀਬਨ ਨੇੜਾ ਲੱਗ ਜਾ ਸੀ ਨਾ ਕੰਮ ਚਾਂਪਾਂ ਵਾਲਾ, ਫਿਰ ਅਸਾਂ ਉੱਧਰ ਆਫ ਯਾਨੀ ਕਿ ਜਿਹੜਾ ਹੋ ਜਾ ਸੀ, ਫਿਰ ਅਸਾਂ ਇੱਧਰ ਜਨਾਬ ਚਾਵਲ ਉਬਾਲਣੇ ਸ਼ੁਰੂ ਕਰਦੇ ਸੀ। ਠੀਕ ਹੈ ਜੀ, ਬਿਲਕੁਲ ਅਸਾਂ ਤੁਸੀਂ ਕਿ ਚਾਵਲ ਉਬਾਲਣੇ ਵੀ ਦੱਸਾਂ ਸਾਡੇ ਨਾਲ ਨਾਲ ਰਹੋ, ਤੁਸੀਂ ਤੱਕਣੇ ਦਾ ਵੀ ਰੈਸਪੀ ਔਰ ਜ਼ਰੂਰ ਬਣਾਇਆ ਜੀ। ਠੀਕ ਹੈ ਜੀ, ਅਤੇ ਐਜ਼ ਯੂਜੁਅਲ ਮਰਹਾਲਾ ਕੋਈ ਕਦ ਕਲਾਮ ਸੁਣਾ ਛੱਡੀਏ ਤੁਸੀਂ ਕਿ ਨਾਲ ਹੀ ਹੁਣ, ਕਿਉਂਕਿ ਕੈਮਰਾਮੈਨ ਸਾਡੇ ਨਿੱਕੇ ਜਿਹੇ ਨੂੰ ਪਸੰਦ ਕਰਨੇ ਹੋਣੇ, ਇੱਕ ਦੋ ਸ਼ੇਅਰ ਜਲਦੀ ਵੀ ਸੁਣਾ ਦੇਣੇ। ਠੀਕ ਹੈ ਜੀ, ਰਹਿਮਤ ਦਾ ਮੀਂਹ ਪਾ ਖੁਦਾਇਆ, ਬਾਗ ਸੁੱਕਾ ਕਰ ਹਰਿਆ, ਤੇ ਬੂਟਾ ਆਸ ਉਮੀਦ ਮੇਰੀ ਦਾ ਕਰਦੇ ਮੇਵੇ ਭਰਿਆ, ਤੇ ਪੀਰ ਮੇਰਾ ਜੇ ਹੁਦਮੜੀਆਂ ਵਾਲਾ, ਪੀਰੇ ਸ਼ਾਹ ਕਲੰਦਰ ਹਰ ਮੁਸ਼ਕਿਲ ਵਿੱਚ ਮਦਦ ਕਰੇਂਦਾ, ਤੇ ਦੋਈ ਜਹਾਨਾ ਅੰਦਰ, ਤੇ ਲੈ ਵੋਏ ਯਾਰ, ਲੈ ਵੋਏ ਯਾਰ ਹਵਾਲੇ ਰੱਬ ਦੇ, ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋ ਸੀ, ਤੇ ਜਿਸ ਦਿਨ ਫੇਰ ਮਿਲਾਂਗੇ। ਬਿਲਕੁਲ ਜੀ, ਇਹ ਜਿਹੜਾ ਕਲਾਮ ਦੋ ਤਰੇ ਸ਼ੇਰ ਪੜ੍ਹੇ ਨੇ, ਇਹ ਸਾਡੇ ਕੈਮਰਾਮੈਨ ਜਿਹੜੇ ਬਹੁਤ ਪਸੰਦ ਕਰਦੇ ਹੋਣੇ, ਉਹ ਹਮੇਸ਼ਾ ਫਰਮਾਇਸ਼ ਕਰਦੇ ਹੋਣੇ, ਮੈਂ ਕਿਹਾ ਅੱਜ ਉਹ ਸਾਡੇ ਨਾਲ ਸ਼ਾਮਿਲ ਕੋਈ ਨਹੀਂ ਹੋਣ, ਉਹਨਾਂ ਨੇ ਥੋੜ੍ਹਾ ਜਿਹਾ ਕੰਮ ਸੀ ਪੜ੍ਹਨੇ ਪਿਆ ਆਪਣਾ, ਉਹ ਜਿਹੜਾ ਉਹਨਾਂ ਦਾ ਐਗਜ਼ਾਮ ਸ਼ਾਮਿਲ, ਅਤੇ ਮੈਂ ਕਿਹਾ ਚਲੋ ਉਹਨਾਂ ਵਾਸਤੇ ਜਿਹੜਾ ਦੋ ਤਰੇ ਸ਼ੇਰ ਪੜ੍ਹਦੇ ਹਾਂ, ਕਿਉਂਕਿ ਵੀਡੀਓ ਤੱਕ ਸਨ ਬਾਅਦ। ਬਿਲਕੁਲ ਜੀ, ਉਹ ਥੋੜ੍ਹੇ ਜਿਹੇ ਬਿਜ਼ੀ ਨਾ, ਆਪਣਾ ਹੋਮਵਰਕ ਕਰਨੇ ਪਏ, ਅਸਾਂ ਆਖਿਆ ਉਹਨਾਂ ਕਿ ਤੁਸੀਂ ਆਰਾਮ ਨਾਲ ਆਪਣਾ ਕੰਮ ਕਰੋ, ਅਸਾਂ ਇੱਧਰ ਰੈਸਪੀ ਬਣਾਉਣੀ ਆ ਅੱਜ। ਠੀਕ ਹੈ ਜੀ,
ਕਿਉਂਕਿ ਬਾਅਦ ਵਿੱਚ ਵੀਡੀਓ ਤਕਸਨ ਉਹ ਫਿਰ ਆਖਣੇ ਹੋਣੇ ਜੀ ਤੁਸੀਂ ਅੱਜ ਪੜ੍ਹਿਆ ਮਾਰੇ ਤੇ ਕੋਈ ਨਹੀਂ ਮੈਂ ਚਲੋ ਉਹਨਾਂ ਵਾਸਤੇ ਕੈਮਰਾਮੈਨ ਤੇ ਪੜ੍ਹਿਆ ਔਰ ਤੁਸੀਂ ਜਿਤਨੇ ਭੈਣਾਂ ਭਰਾ ਸਾਡੇ ਤੱਕਣੇ ਹੋ ਪਏ ਸਾਰਿਆਂ ਵਾਸਤੇ ਦੋ ਤਿੰਨ ਸ਼ੇਅਰ ਜਿਹੜੇ ਸਨ ਸਾਹਿਬ ਮਲੂਕ ਨੇ ਪੜ੍ਹੇ ਨੇ ਕਬੂਲ ਕਰੇ ਬਿਲਕੁਲ ਉਮੀਦ ਹੈ ਤੁਸੀਂ ਇੰਜੋਏ ਕਰ ਸੋ ਜਨਾਬ ਤਾਂ ਬਿਲਕੁਲ ਜੀ ਹੁਣ ਸਾਡੇ ਨਾਲ ਨਾਲ ਰਹਿਣਾ ਰੈਸਪੀ ਜਦ ਤਿਆਰ ਹੋਣੀ ਹੈ ਵੀ ਜਿਉਂ ਜਿਉਂ ਤਿਆਰ ਹੋਣੀ ਜੀ ਅਸੀਂ ਸਟੈਪ ਬਾਈ ਸਟੈਪ ਤੁਸੀਂ ਕੀ ਦੱਸਣੇ ਰੈਸਪੀ ਠੀਕ ਹੈ ਜੀ ਹੁਣ ਅਸੀਂ ਇਸ ਵਾਰੀ ਫਿਰ ਇੱਕ ਵਾਰੀ ਚਮਚਾ ਮਾਰ ਦਿੰਦੇ ਹਾਂ ਜੀ ਬਿਸਮਿਲਲਾਹ ਬਿਲਕੁਲ ਜੀ ਅਸੀਂ ਤਾਂ ਇਸ ਕੀ ਸੇਕ ਵੀ ਨਹੀਂ ਲੱਗਾ ਇਹ ਤਕਰੀਬਨ 40 ਮਿੰਟ ਸੀ 40-45 ਮਿੰਟ ਠੀਕ ਹੈ ਜੀ ਜਿਵੇਂ ਇਹ ਤਿਆਰ ਹੋਣਾ ਇੱਧਰ ਫਿਰ ਅਸੀਂ ਤੁਸੀਂ ਮਿਲਦੇ ਹਾਂ ਫਿਰ ਜੀ ਬਿਸਮਿਲਲਾਹ ਰਹਿਮਾਨ ਰਹੀਮ ਬਿਲਕੁਲ ਜੀ ਇੱਕ ਚੀਜ਼ ਹੋਰ ਜਿਹੜੀ ਅਸਾਂ ਇੱਥੇ ਸ਼ਾਮਿਲ ਕਰਸਾਂ ਉਹ ਅਸਾਂ ਇੱਥੇ ਰੱਖੀ ਨਹੀਂ ਸੀ ਉਹ ਵੀ ਅਸੀਂ ਦੱਸਦੇ ਹਾਂ ਤੁਸੀਂ ਕੀ ਕਹਿ ਰਿਹਾ ਠੀਕ ਹੈ ਜੀ ਜਿਸ ਲਈ ਅਸੀਂ ਚਾਵਲ ਉਬਾਲਸਾਂ ਇੱਧਰ ਅਸਾਂ ਕੇਵੜਾ ਚਾਵਲ ਜਿਹੜਾ ਉਬਾਲਸਾਂ ਇਹ ਕੇਵੜਾ ਇਸਨੇ ਥੋੜ੍ਹਾ ਜਿਹਾ ਬਾਸਾਂ ਠੀਕ ਹੈ ਜੀ ਉਹ ਜਿਹੜਾ ਅਸਾਂ ਇਸਨੇ ਸ਼ਾਮਿਲ ਕਰ ਸਕਦੇ ਤੁਸੀਂ ਕਿ ਨਾਲ ਦੱਸਾਂ ਫਿਰ ਕਿਤਨਾ ਬਾਇਆ ਸਪੂਨ ਜਾਂ 2 ਸਪੂਨ ਜਾਂ ਜਿਹੜਾ ਵੀ ਉਹ ਸੀ ਉਸ ਤੁਸੀਂ ਕਿ ਨਾਲ ਉਸਦਾ ਫਿਰ ਦੱਸਾਂ ਠੀਕ ਹੈ ਜੀ ਇਹ ਅਸੀਂ ਸ਼ਾਮਿਲ ਕਰਸਾਂ ਉਸ ਤੋਂ ਬਾਅਦ ਇੱਧਰ ਥੋੜ੍ਹਾ ਜਿਹਾ ਹਾਂਡੀ ਨੇ ਕਲਰ ਚੇਂਜ ਕਰਨ ਵਾਸਤੇ ਅਸਾਂ ਦਲਫਲ ਮਿਰਚਾਂ ਹਲਦੀ ਇਹ ਮੋਟੀ ਇਲਾਚੀ ਹੈ ਅਤੇ ਨਾਲ ਦਲਚੀਨੀ ਹੈ ਠੀਕ ਹੈ ਜੀ ਇਸ ਨੇ ਵੀ ਸ਼ਾਮਿਲ ਕਰਸਾਂ ਅਸਾਂ ਠੀਕ ਹੈ ਜਨਾਬ ਇਹ ਹੁਣ ਅਸਾਂ ਇਸਨੇ ਸ਼ਾਮਿਲ ਕਰਸਾਂ ਉਸ ਤੋਂ ਬਾਅਦ ਜਦੋਂ ਅਸੀਂ ਚਾਵਲਾਂ ਦਾ ਕੰਮ ਸ਼ੁਰੂ ਕਰਸਾਂ ਉਹ ਫਿਰ ਤੁਸੀਂ ਕਿ ਨਾਲ ਨਾਲ ਦੱਸਣੇ ਜਾ ਸਾਂ ਠੀਕ ਹੈ ਜੀ ਬਿਸਮਿਲਲਾਹ ਰਹਿਮਾਨ ਰਹੀਮ ਬਿਲਕੁਲ ਜੀ ਇਹ ਅਸਾਂ ਹੁਣ ਸ਼ਾਮਿਲ ਕਰਨਾ ਇਸਨੇ ਨਾਲ ਠੀਕ ਹੈ ਜੀ ਇਹ ਦਲਫਲ ਮਿਰਚਾਂ ਇਹ ਹਲਦੀ ਹੈ ਇਹ ਦਲਚੀਨੀ ਹੈ ਇਹ ਮੋਟੀ ਇਲਾਚੀ ਹੈ ਠੀਕ ਹੈ ਜੀ ਬਿਸਮਿਲਲਾਹ ਇਸ ਸ਼ਾਮਿਲ ਹੋ ਗਈਆਂ ਨਾਲ ਹੀ ਇਸ ਨਾਲ ਇਹ ਹੋ ਸੀ ਕਿ ਇੱਕ ਥੋੜ੍ਹਾ ਜਿਹਾ ਸਪਾਈਸੀ ਹੋ ਜਾਏ ਸੀ ਨਾਲੇ ਥੋੜ੍ਹਾ ਜਿਹਾ ਕਲਰ ਜਿਹੜਾ ਨੇ ਇਸ ਨਾਲ ਉਹ ਚੇਂਜ ਹੋ ਜਾਏ ਸੀ ਠੀਕ ਹੈ ਜੀ ਬਾਕੀ ਇਸਨੇ ਜਿਹੜੀਆਂ ਚੀਜ਼ਾਂ ਬਾਅਦ ਵਿੱਚ ਅਸਾਂ ਸ਼ਾਮਿਲ ਕਰ ਸਾਂ ਉਹ ਤੁਸੀਂ ਕਿਸੇ ਨਾਲ ਨਾਲ ਸਟੈਪ ਬਾਈ ਸਟੈਪ ਨਾਲ ਸਾਰੀਆਂ ਚੀਜ਼ਾਂ ਦੱਸਣੇ ਜਾ ਸਾਂ ਠੀਕ ਹੈ ਜੀ ਬਾਕੀ ਜਿਹੜੀ ਚੀਜ਼ਾਂ ਨਾਲ ਨਾਲ ਉਸ ਉਹ ਸਟੈਪ ਬਾਈ ਸਟੈਪ ਦੱਸਣੇ ਜਾ ਸਾਂ ਤੁਸੀਂ ਕਿ ਹੁਣ ਫਿਲਹਾਲ ਅਸਾਂ ਇਸ ਇਹ ਸ਼ਾਮਿਲ ਕਰ ਸਾਂ ਇਸ ਕੇ ਸਾਂ ਬਿਲਕੁਲ ਅਪਰੂ ਹੁਣ ਬੰਦ ਕਰ ਸਾਂ ਇਸਕੀ ਦਮਾ ਬੰਦ ਕਰ ਸਾਂ ਇਸ ਕੇ ਸਾਂ ਹੁਣ ਗਲਣ ਦੇਣਾ ਠੀਕ ਹੈ ਜੀ ਇਹ ਤਕਰੀਬਨ ਅੱਧਾ ਇੱਕ ਘੰਟਾ ਇੰਚ ਹੀ ਹੁਣ ਹੋਰ ਠੀਕ ਹੈ ਜੀ ਨਾ ਬਾਕੀ ਸਾਡੇ ਨਾਲ ਨਾਲ ਰਹੇ ਤਕੜੇ ਰਹੇ ਵੀਡੀਓ ਅਗਲਾ ਸਟੈਪ ਜਿਹੜਾ ਫਿਰ ਦੱਸਣੇ ਆ ਤੁਸੀਂ ਜੀ ਬਿਸਮਿਲਲਾਹ ਰਹਿਮਾਨ ਰਹੀਮ ਪ੍ਰਣਵ ਪ੍ਰੋ ਬਿਲਕੁਲ ਜਨਾਬ ਰੈਸਪੀ ਸਾਡੀ ਚੱਲਣੀ ਹੈ ਵੀ ਨਾਲ ਨਾਲ ਪੱਕਣੀ ਹੈ ਵੀ ਤੁਸੀਂ ਕਿ ਨਾਲ ਨਾਲ ਦੱਸਾਂ ਬਿਲਕੁਲ ਜੀ ਗੋਸ਼ਤ ਸਾਰਾ ਜਿਹੜਾ ਉਹ ਗਲ ਗਿਆ ਹੁਣ ਠੀਕ ਹੈ ਜੀ ਗੋਸ਼ ਜਨਾਬ ਸਾਡਾ ਗਲ ਗਿਆ ਬਿਹਤਰੀਨ ਠੀਕ ਹੈ ਜਨਾਬ ਮਾਸ਼ਾਅੱਲਾ ਜ਼ਬਰਦਸਤ ਗਲਿਆ ਗੋਸ਼ਤ ਹੁਣ ਅਸਾਂ ਇਸਨੇ ਵੀ ਸ਼ਾਮਿਲ ਕਰ ਸਾਂ ਜਨਾਬ ਜਿਹੜੇ ਅਸਾਂ ਚਾਪ ਟਮਾਟੋ ਇੱਥੇ ਰੱਖੇ ਤੀਨ ਇਸਨੇ ਚ ਅਸਾਂ ਸ਼ਾਮਿਲ ਕਰ ਸਾਂ ਵੈਸੇ ਤਾਂ ਫਰੈਸ਼ ਵੀ ਬਣੇ ਹੋਣੇ ਸਨ ਲੇਕਿਨ ਅੱਜ ਮੈਂ ਚਲੋ ਇਹਨਾਂ ਨਾਲ ਟਰਾਈ ਕਰਨੇ ਹਨ ਇਹਨਾਂ ਨਾਲ ਨਾਈਸ ਬਣਨੀ ਹੈ ਮੈਂ ਚਲੋ ਜੀ ਬਿਸਮਿਲਲਾਹ ਬਿਲਕੁਲ ਜੀ ਟਮਾਟੋ ਵੀ ਪੈ ਗਏ ਸਾਡੇ ਜੀ ਬਿਸਮਿਲਲਾਹ ਇਹ ਜਨਾਬ ਟੀਨਾ ਵਾਲੇ ਚਾਪ ਟਮਾਟੋ ਨੇ ਜੀ ਇਹ ਅਸਾਂ ਸ਼ਾਮਿਲ ਕੀਤੇ ਹੁਣ ਇਸਨੇ ਚ ਤਾਂ ਬਿਲਕੁਲ ਜਨਾਬ ਹੁਣ ਇਸਕੀ ਥੋੜ੍ਹੀ ਦੇਰ ਜਨਾਬ ਇਹਨਾਂ ਇਸਕੀ ਦੇਣੇ ਆ 5 ਮਿੰਟ ਫਿਰ ਉਸ ਤੋਂ ਬਾਅਦ ਅਸਾਂ ਇਸਨੇ ਜਨਾਬ ਸ਼ਾਮਿਲ ਕਰ ਸਾਂ ਆਇਲ ਉਸ ਤੋਂ ਬਾਅਦ ਬਿਰਿਆਨੀ ਮਸਾਲਾ ਉਸ ਤੋਂ ਬਾਅਦ ਫਿਰ ਨਾਲ ਸਟੈਪ ਬਾਈ ਸਟੈਪ ਤੁਸੀਂ ਕੀ ਦੱਸਾਂ ਅਸਾਂ ਵੀ ਕਹਿ ਕੇ ਸ਼ਾਮਿਲ ਕਰਨੇ ਆ ਫਿਰ ਬਿਲਕੁਲ ਜਨਾਬ ਤੁਸਾਂ ਇਹ ਰੈਸਪੀ ਤੱਕਿਆ ਹੈ ਠੀਕ ਹੈ ਜੀ ਇਸ ਤਰ੍ਹਾਂ ਰੈਸਪੀ ਇਹ ਬਣਾਇਆ ਹੈ ਔਰ ਅਸਾਂ ਕੀ ਕਮੈਂਟ ਕੋਲੋਂ ਤੁਸੀਂ ਕਰਨੇ ਪਤਾ ਨਹੀਂ ਕਿਆ ਵਜ੍ਹਾ
ਕਮੈਂਟ ਕਰਕੇ ਦੱਸਿਆ ਕਰੋ ਵੀ ਚੀਜ਼ ਕਿਸ ਤਰ੍ਹਾਂ ਬਣੀ ਹੈ ਤਾਂ ਜੇ ਸਾਡੀ ਵੀ ਹੌਸਲਾ ਅਫਜ਼ਾਈ ਹੋਵੇ ਜੀ। ਅਸਾਂ ਫਿਰ ਕੋਸ਼ਿਸ਼ ਕਰਾਂ ਵੀ ਨੈਕਸਟ ਟਾਈਮ ਜਿਹੜੀ ਆ ਉਸ ਤੋਂ ਵੀ ਅੱਛੀ ਚੀਜ਼ ਬਣਾਈਏ ਔਰ ਸਾਡੀ ਕਹਿ ਸਕਿਆ ਆਣੇ ਨੇ ਸੁਣ ਕੇ ਸਾਰਾ ਵੀ ਦਿਲ ਖੁਸ਼ ਹੋ ਜਾਵੇ ਵਾਕਈ ਭੈਣਾਂ ਭਰਾਵਾਂ ਬਣਾਈ ਹੈ ਔਰ ਉਹਨਾਂ ਦੀ ਇਹ ਚੀਜ਼ ਪਸੰਦ ਆਈ ਹੈ ਜੀ। ਜ਼ਰੂਰ ਬਣਾ ਕੇ ਕਮੈਂਟ ਕਰਿਆ ਕਰੋ ਅਸਾਂ ਕੋਈ ਚੀਜ਼ ਅੱਛੀ ਬਣੀ ਹੈ ਜਾਂ ਸਹੀ ਨਹੀਂ ਬਣੀ ਜਾਂ ਜੋ ਵੀ ਹੋਇਆ, ਬਿਲਕੁਲ ਝਕਣੇ ਝਕਾਣੇ ਦੀ ਜ਼ਰੂਰਤ ਨਹੀਂ। ਅਸਾਂ ਕੀ ਦੱਸਿਆ ਕਰੋ, ਅਸਾਂ ਮਾਇੰਡ ਨਾ ਕਰਦੇ ਹਾਂ, ਅਸਾਂ ਸੁਣਨਾ ਚਾਹੁੰਦੇ ਹਾਂ ਚੀਜ਼ ਕਿਸ ਤਰ੍ਹਾਂ ਬਣੀ ਹੈ, ਠੀਕ ਹੈ ਜੀ। ਅਸਾਂ ਕੋਈ ਖੁਸ਼ੀ ਹੋ ਸੀ ਜੇ ਤੁਸੀਂ ਕੋਈ ਬਸ ਅੱਛੀ ਚੀਜ਼ ਬਣੀ, ਅਸਾਂ ਤੁਸਾਂ ਦੀ ਰੈਸਪੀ ਬਣਾ ਕੇ ਖਾਧੀ ਹੈ ਭੈਣਾਂ ਭਰਾਵਾਂ, ਠੀਕ ਹੈ ਨਾ। ਬਿਲਕੁਲ ਜੋ ਸਟੈਪ ਬਾਏ ਸਟੈਪ ਅਸਾਂ ਇੱਧਰ ਕੰਮ ਸ਼ੁਰੂ ਹੈ ਇਨਸ਼ਾਅੱਲਾ, ਅਤੇ ਨਾਲ ਨਾਲ ਅਸਾਂ ਤੁਸੀਂ ਕੀ ਦੱਸਣੇ ਰੈਸਪੀ 'ਚ ਚੀਜ਼ਾਂ ਕਿਆ ਕਿਆ ਸ਼ਾਮਿਲ ਕਰ ਸਕਾਂ ਜੀ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਅਗਲਾ ਸਟੈਪ ਜਿਹੜਾ ਸਾਡਾ ਉਹ ਸੁੱਕਾ ਧਨੀਆ ਜੀ ਪਾਊਡਰ ਹੈ ਜੀ। ਸੁੱਕਾ ਧਨੀਆ ਜਿਹੜਾ ਉਹ ਤਕਰੀਬਨ ਇੱਕ ਟੇਬਲ ਸਪੂਨ ਹੈ ਜੀ, ਉਸ ਅਸੀਂ ਸ਼ਾਮਿਲ ਕਰ ਰਹੇ ਹਾਂ ਜੀ। ਬਿਸਮਿਲ੍ਲਾਹਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਟੈਪ ਬਾਏ ਸਟੈਪ ਬਸ ਹੋ ਤਾਂ ਇਨਸ਼ਾਅੱਲਾ ਰੈਸਪੀ ਜਿਹੜੀ ਆ ਉਹ ਨਾਇਸ ਬਣਸੀ, ਠੀਕ ਹੈ ਜੀ। ਜੋ ਜੋ ਜ਼ਰੂਰਤ ਪੈਣੀ ਜਾਣੀ ਚੀਜ਼ਾਂ ਅਸੀਂ ਨਾਲ ਨਾਲ ਸ਼ਾਮਿਲ ਕਰਨੇ ਜਾਣੇ ਆ, ਬਿਲਕੁਲ ਇਸ ਕੀ ਹੁਣ ਜਨਾਬ ਆਂਡੀ ਕਿ ਅਸਾਂ ਇੱਧਰ ਗਲਣ ਦੇਣੇ ਆ, ਠੀਕ ਹੈ ਜੀ। ਹੁਣ ਅਸਾਂ ਸੋਰੀ ਇਸ ਲਈ ਚਲੋ ਅਸਾਂ ਹੁਣ ਤੇਲ ਵੀ ਸ਼ਾਮਿਲ ਕਰ ਰਹੇ ਹਾਂ ਜੀ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਤੇਲ ਜਿਹੜਾ ਅਸਾਂ ਇੱਧਰ ਰੱਖਿਆ ਸੀ ਜੀ, ਬਿਲਕੁਲ ਅਸਾਂ ਇਹਨੇ ਤੇਲ ਨੂੰ ਸ਼ਾਮਿਲ ਕਰਨ ਲੱਗੇ ਹਾਂ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਮਾਸ਼ਾਅੱਲਾ, ਬਿਲਕੁਲ ਜੀ ਤੇਲ ਇਸ ਵਿੱਚ ਹੋ ਗਿਆ ਸ਼ਾਮਿਲ। ਹੁਣ ਇਸ ਥੋੜ੍ਹਾ ਜਿਹਾ ਪੱਕਣ ਦੇਣਾ ਜੀ। ਅਗਲਾ ਸਟੈਪ ਅਸਾਂ ਜਿਹੜਾ ਹੁਣ ਉਹ ਦੱਸਣੇ ਤੁਸੀਂ ਕੀ ਚਾਵਲ ਜਿਹੜੇ ਉਬਾਲਣੇ, ਠੀਕ ਹੈ ਜੀ। ਚਾਵਲ ਉਬਾਲਣ ਵਾਸਤੇ ਅਸਾਂ ਦੇਚਕਾ ਰੱਖਿਆ ਇੱਥੇ, ਠੀਕ ਹੈ ਜੀ। ਇਸ ਦੇ ਵਿੱਚ ਦੇਚਕੇ 'ਚ ਅਸਾਂ ਅੱਗੇ ਵੀ ਦੱਸਿਆ ਸੀ ਹੁਣ ਫਿਰ ਦੱਸਣੇ ਹਾਂ, ਜ਼ੀਰਾ, ਮੋਟੀ ਇਲਾਚੀ, ਦਾਲਚੀਨੀ ਅਤੇ ਹਰੀਆਂ ਮਿਰਚਾਂ ਅਤੇ ਤੇਲ ਸ਼ਾਮਿਲ ਕੀਤੇ ਅਤੇ ਨਿੰਮਕ ਹੁਣ ਅਸਾਂ ਬਾਅਦ ਸਾਂਭ ਲਿਆ, ਠੀਕ ਹੈ ਜੀ। ਨਿੰਮਕ ਅਸਾਂ ਬਾਅਦ ਹੀ ਸੋਰੀ ਬਾਣੇ ਹਾਂ। ਹੁਣ ਅਸੀਂ ਇਹਦੇ 'ਚ ਪਾਣੀ ਸ਼ਾਮਿਲ ਕਰ ਰਹੇ ਹਾਂ ਚਾਵਲਾਂ ਵਾਸਤੇ, ਤਾਂ ਕਿ ਪਾਣੀ ਅਤੇ ਨਾਲ ਨਾਲ ਉਬਲਿਆ। ਇਹ ਥੋੜ੍ਹਾ ਜਿਹਾ ਟਾਈਮ ਨਹੀਂ ਸੀ ਜਿੰਨੀ ਦੇਰ ਤੱਕ ਸਾਡੀ ਉਹਦੇ ਹਾਂਡੀ ਤਿਆਰ ਹੋਣੀ ਹੈ, ਉਤਨੀ ਦੇਰ ਤੱਕ ਅਸਾਂ ਇਸਦੇ 'ਚ ਪਾਣੀ ਉਸ ਤੋਂ ਬਾਅਦ ਇਹ ਕੇਵੜਾ ਅਤੇ ਇਹ ਅਸਾਂ ਇਕੱਠੇ ਸ਼ਾਮਿਲ, ਪਾਣੀ ਅਤੇ ਆਪਣਾ ਸੋਰੀ ਕੇਵੜਾ ਅਤੇ ਨਿੰਮਕ ਜਿਹੜਾ ਇਹ ਇਕੱਠੇ ਅਸਾਂ ਪਾ ਸਕਾਂ ਉਹ ਤੁਸੀਂ ਕਿਸੇ ਨਾਲ ਉਸ ਨਾਲ ਦੱਸਾਂ, ਉਹ ਉਸ ਟਾਈਮ ਦੱਸਾਂ ਤੁਸੀਂ ਕਿ ਬਈ ਜਿਹੜਾ ਅਸੀਂ ਸ਼ਾਮਿਲ ਕਰ ਸਕਾਂ, ਠੀਕ ਹੈ ਜੀ। ਇਹ ਰੈਸਪੀ ਜਿਹੜੀ ਹੈ ਨਾ ਇਹ ਬਣਨ ਵਾਸਤੇ ਤੁਸੀਂ ਕਿ ਕਮ ਅਜ਼ ਕਮ 3 ਘੰਟੇ ਚਾਹੀਦੇ ਸਾਡੇ ਅੰਦਾਜ਼ੇ 2.5 ਤੋਂ 3 ਘੰਟੇ, ਠੀਕ ਹੈ ਜੀ। ਕਿਉਂਕਿ ਗੋਸ਼ਤ ਤੁਸੀਂ ਸਾਰੀਆਂ ਚੀਜ਼ਾਂ ਪਹਿਲੇ ਤਿਆਰ ਕਰਨੇ ਹੋ, ਠੀਕ ਹੈ ਜੀ। ਗੋਸ਼ਤ ਗਾਲਨੇ ਹੋ ਇੱਧਰ ਉੱਧਰ ਤੁਸੀਂ ਚਾਵਲ ਉਬਾਲਨੇ ਹੋ, ਇਹ ਸਾਰਾ ਜਿਹੜਾ ਪ੍ਰੋਸੀਜਰ ਹੈ ਨਾ ਇਸ ਸਾਰੇ ਪ੍ਰੋਸੀਜਰ ਕੀ ਤਕਰੀਬਨ 2.5 ਤੋਂ 3 ਘੰਟੇ ਲੱਗ ਜਾਣੇ, ਠੀਕ ਹੈ ਜੀ। ਹੁਣ ਅਸੀਂ ਬਿਸਮਿਲ੍ਲਾ ਕਰਕੇ ਜੀ ਬਾਲਦੇ ਹਾਂ ਚੁੱਲ੍ਹਾ, ਠੀਕ ਹੈ ਜੀ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਇੱਧਰ ਅਸਾਂ ਚਾਵਲ ਉਬਾਲਣ ਵਾਸਤੇ ਚੁੱਲ੍ਹਾ ਬਾਲਿਆ, ਹੁਣ ਦੇਚਕੇ 'ਚ ਪਾਣੀ ਬਾਣਿਆ ਜੀ। ਬਿਸਮਿਲ੍ਲਾਹਿਰ ਰਹਿਮਾਨ ਰਹੀਮ, ਠੀਕ ਹੈ ਜੀ। ਨਾਲ ਨਾਲ ਉੱਧਰ ਸਾਡੀ ਹਾਂਡੀ ਵੀ ਪੱਕਣੀ ਰਹੀ ਸੀ, ਨਾਲ ਨਾਲ ਸਾਰਾ ਇੱਧਰ ਕੰਮ ਹੋ ਜਾਵੇ, ਠੀਕ ਹੈ ਜੀ। ਚੁੱਲ੍ਹੇ ਆਪਣਾ
ਚਾਵਲ ਵੀ ਉਬਾਲਣ ਜਾ ਸਨ, ਕਿਉਂਕਿ ਪਾਣੀ ਗਰਮ ਹੋਣ ਲਈ ਕਾਫੀ ਟਾਈਮ ਲੱਗ ਜਾਣਾ ਸੀ, ਇਸ ਵਾਸਤੇ ਕੇਠੀ 'ਚ ਗਰਮ ਕਰਕੇ ਨਾਲ ਬਾਣੇ ਜਾ ਸਾਂ ਤਾਂ ਕਿ ਥੋੜ੍ਹਾ ਜਿਹਾ ਜਲਦੀ ਹੋ ਜਾਣ ਜੀ। ਹੁਣ ਜੇ ਤੁਸੀਂ ਠੰਡਾ ਪਾਣੀ ਦੇਸ਼ਕੇ 'ਚ ਬਾਸੋ ਨਾ, ਉਹ ਤਕਰੀਬਨ ਤੁਸਾਂ ਦਾ ਯਾਨੀ ਕਿ ਘੰਟਾ ਹਿੱਸਾ ਕਿ ਇੰਝ ਅਸੀਂ ਪਾਣੀ ਗਰਮ ਹੋਣ, ਠੀਕ ਹੈ। ਇਸ ਵਾਸਤੇ ਅਸਾਂ ਨਾਲ ਨਾਲ ਕੇਠੀ 'ਚ ਪਾਣੀ ਗਰਮ ਕਰਕੇ ਬਾਣੇ ਜਾ ਸਾਂ, ਨਾਲ ਉੱਧਰ ਪਾਣੀ ਵੀ ਉਬਲ ਸੀ ਅਤੇ ਨਾਲ ਅਸਾਂ ਇੱਧਰ ਇਸਕੀ ਵੀ ਤਕੜੇ ਰਹਿ ਸਾਂ ਜੀ। ਹਾਂਜੀ ਕਿ ਕਲਰ ਤਾਂ ਮਾਸ਼ਾ ਅੱਲਾ ਵੈਰੀ ਨਾਇਸ ਹੈ, ਇਨਸ਼ਾਅੱਲਾ ਬਿਰਿਆਨੀ ਬਣਸੀ ਵੀ ਨਾਇਸ। ਸਾਡੇ ਕੈਮਰਾ ਮੈਨ ਨੇ ਖਾਏ ਸੀ ਜੀ ਚੰਪਾ ਵਾਲੀ ਬਿਰਿਆਨੀ, ਮੈਂ ਕਿਹਾ ਜੀ ਖਲਾਸਾਂ ਨੇ ਕਿਉਂ ਨਾ ਖਲਾਸਾਂ, ਉਹ ਪਹਿਲੇ ਗੋਸ਼ਤ ਕੋਈ ਨਹੀਂ ਸਿਰਫ ਖਾਣੇ ਹੋਣੇ ਆਏ ਸਨ, ਮੈਂ ਨਾ ਬੋਟੀ ਖਾਣਾ, ਮੈਂ ਨਾ ਬੋਟੀ ਖਾਣਾ, ਉਹਨੇ ਕਿ ਦੋ ਵਾਰੀ ਚਾਂਪਾਂ ਦਿੱਤੀਆਂ ਤਾਂ ਖੁਸ਼ ਹੋ ਜਾਣਗੇ। ਚਲੋ ਜੀ ਬੱਚੇ ਖੁਸ਼ ਹੋ ਜਾਣ ਤਾਂ ਹੋਰ ਕਿਆ ਚਾਹੀਦਾ, ਕਿਆ ਖਿਆਲ ਹੈ ਬੱਚਿਆਂ ਵਾਸਤੇ, ਤਾਂ ਸਾਰੀ ਮਿਹਨਤ ਕਰਨੇ ਆ, ਅਸਾਂ ਕਮਾਉਣੇ ਆ ਉਹਨਾਂ ਵਾਸਤੇ, ਸਾਰੀ ਸਾਰੀ ਦਿਹਾੜ ਕੰਮ ਕਰਨੇ ਆ, ਬਿਲਕੁਲ ਉਹਨਾਂ ਦੀ ਜਿਹੜੀ ਖਾਹਿਸ਼ ਹੈ ਨਾ ਅਸਾਂ ਉਹ ਬਿਲਕੁਲ ਨਾ ਪੂਰੀ ਕਰ ਸਕਦੇ। ਹੁਣ ਮੈਂ ਉਹਨਾਂ ਕਿ ਆਖਿਆ ਕੈਮਰਾ ਮੈਨ ਨਾਲ ਕਿ ਮੈਂ ਕਿਹਾ ਵੀ ਤੁਸਾਂ ਜਿਹੜਾ ਨਾ ਸਕੂਲ ਪੜ੍ਹੋ, ਮਿਹਨਤ ਕਰੋ ਅਤੇ ਬਾਕੀ ਖਾਹਿਸ਼ ਜਿਹੜੀ ਅਸਾਂ ਪੂਰੀ ਕਰ ਸਕਾਂ ਇਨਸ਼ਾਅੱਲਾ ਜੀ। ਬਿਲਕੁਲ ਜਿਹੜੀ ਚੀਜ਼ ਆਸਣ ਬਣਾ ਕੇ ਦੇ ਸਕਦੇ ਉਹਨਾਂ ਵਾਸਤੇ ਜਨਾਬ, ਨਾਲ ਤੁਸੀਂ ਸਾਰਿਆਂ ਭੈਣਾਂ ਭਰਾਵਾਂ ਵਾਸਤੇ ਜੀ, ਤਾਂ ਕਿ ਤੁਸੀਂ ਜਨਾਬ ਬਿਰਿਆਨੀ ਬਣਾਓ ਅਤੇ ਖਾਓ ਸਕੀ, ਦੁਆ ਵੀ ਦਿਓ ਜੀ। ਉਮੀਦ ਆਵੇ ਸਾਰੇ ਇਨਸ਼ਾਅੱਲਾ ਜ਼ਰੂਰ ਬਣਾ ਸੋ ਜੀ। ਬਿਸਮਿਲ੍ਲਾਹ ਰਹਿਮਾਨ ਰਹੀਮ, ਜਿਹੜਾ ਅਗਲਾ ਸਟੈਪ ਹੈ ਉਹ ਹੈ ਜਨਾਬ ਜ਼ੀਰਾ ਮਿਕਸ ਮਸਾਲਾ ਜਿਹੜਾ ਪੀਠੇ ਹੈ, ਠੀਕ ਹੈ ਜੀ। ਇਹ ਸਾਡਾ ਅਗਲਾ ਸਟੈਪ ਹੈ, ਠੀਕ ਹੈ ਜਨਾਬ। ਇਸ ਸ਼ਾਮਿਲ ਕਰਨੇ ਹੁਣ, ਕਿਉਂਕਿ ਮੈਂ ਤੁਸੀਂ ਕੀ ਦੱਸਿਆ ਸੀ ਨਾਲ ਨਾਲ ਵੀ ਸਟੈਪ ਬਾਈ ਸਟੈਪ ਜਿਹੜਾ ਤੁਸੀਂ ਕੀ ਦੱਸਣੇ ਜਾ ਸਕਦੇ ਕਿਹੜੀ ਕਿਹੜੀ ਚੀਜ਼ ਅਸੀਂ ਸ਼ਾਮਿਲ ਕਰਨੇ ਆ। ਠੀਕ ਹੈ ਜੀ, ਇਸ ਚੀਜ਼ ਇੱਧਰ ਪੱਕਣ ਦਿਓ, ਇੱਧਰ ਪਾਣੀਆਂ ਦੇ ਦਿਸ਼ਕੇ ਕੋਲ ਪੁੱਛੇ ਹੋਏ ਤੁਸੀਂ ਕਿਆ ਆਖਦੇ ਹੋ ਜੀ। ਬਿਸਮਿਲ੍ਲਾ ਰਹਿਮਾਨ ਰਹੀਮ, ਅਗਲਾ ਜਿਹੜਾ ਸਟੈਪ ਹੈ ਸਾਡਾ ਉਹ ਬਿਰਿਆਨੀ ਮਸਾਲਾ, ਠੀਕ ਹੈ ਜੀ। ਹੁਣ ਅਸਾਂ ਬਿਰਿਆਨੀ ਮਸਾਲਾ ਇਸ ਨੇ ਸ਼ਾਮਿਲ ਕਰਨੇ ਆ ਥੋੜ੍ਹਾ ਜਿਹਾ ਜੀ, ਇਹ ਤੁਸੀਂ ਹਸਬੇ ਜ਼ਾਇਕਾ ਬਣਨਾ ਜਿਤਨੇ ਤੁਸੀਂ ਪਸੰਦ ਕਰਨੇ ਹੋ, ਕਿਤਨੀ ਸਪਾਈਸੀ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਉਸ ਦੇ ਮੁਤਾਬਕ ਤੁਸੀਂ ਇਹ ਮਸਾਲਾ ਪਾ ਸਕਦੇ ਹੋ, ਠੀਕ ਹੈ ਜੀ। ਥੋੜ੍ਹਾ ਵੀ ਪਾ ਸਕਦੇ ਹੋ ਅਤੇ ਜ਼ਿਆਦਾ ਵੀ ਪਾ ਸਕਦੇ, ਜਿਸ ਤਰ੍ਹਾਂ ਤੁਸੀਂ ਖਾਣਾ ਚਾਹੁੰਦੇ ਹੋ, ਠੀਕ ਹੈ ਜੀ। ਮੈਂ ਇਸ ਕੀ ਕੋਈ ਦੋ ਤਿੰਨ ਮਿੰਟ ਭੁੰਨ ਸਾਂ, ਠੀਕ ਹੈ ਜੀ, ਮਸਾਲੇ ਕੀ। ਉਸ ਤੋਂ ਬਾਅਦ ਯੋਗਰਟ ਸ਼ਾਮਿਲ ਕਰ ਸਕਦਾ, ਠੀਕ ਹੈ ਜੀ ਜੀ। ਬਿਸਮਿਲ੍ਲਾ ਰਹਿਮਾਨ ਰਹੀਮ, ਪਹਿਲਾਂ ਪਰ ਦੋ ਤਿੰਨ ਮਿੰਟ ਇਸ ਕੀ ਭੁੰਨਿਆ ਅਸਾਂ ਮਸਾਲੇ ਕੀ, ਠੀਕ ਹੈ ਜੀ। ਮਸਾਲਾ ਦੋ ਇੱਕ ਮਿੰਟ ਤੁਸੀਂ ਤਿੰਨ ਭੁੰਨੋ, ਠੀਕ ਹੈ ਜੀ। ਭੁੰਨ ਕੇ ਅੱਗ ਥੋੜ੍ਹੀ ਜਿਹੀ ਘੱਟ ਕਰ ਛੱਡੋ ਤਾਂ ਕਿ ਇੱਧਰੋਂ ਸੜਿਆ ਨਾ, ਠੀਕ ਹੈ ਨਾ ਜੀ। ਬਹੁਤ ਜ਼ਿਆਦਾ ਅੱਗ ਉਸ ਚੀਜ਼ 'ਤੇ ਉਹ ਫਿਰ ਜਿਹੜਾ ਨਾ ਉਹ ਚੀਜ਼ ਨਹੀਂ ਪਾਈ, ਠੀਕ ਹੈ ਜੀ। ਇਹ ਇੱਧਰ ਹੋ ਗਿਆ, ਹੁਣ ਅਸਾਂ ਬਿਸਮਿਲ੍ਲਾ ਰਹਿਮਾਨ ਰਹੀਮ ਪੜ੍ਹ ਕੇ ਯੋਗਰਟ ਇਸ ਨੇ ਸ਼ਾਮਿਲ ਕਰਿਆ ਜਿਹੜਾ ਅਸਾਂ ਇੱਧਰ ਰੱਖਿਆ ਸੀ ਜੀ। ਠੀਕ ਹੈ ਜੀ, ਯੋਗਰਟ ਸਾਰਾ ਸ਼ਾਮਿਲ ਹੋ ਗਿਆ, ਹੁਣ ਇਸ ਕਿਸਮ ਮਿਕਸ ਕਰਨਾ। ਬਿਲਕੁਲ ਜੀ, ਯੋਗਰਟ ਸਾਰਾ ਇਸ ਵਿੱਚ ਹੋ ਗਿਆ ਮਿਕਸ ਹੋਣ ਇਨਸ਼ਾਅੱਲਾ। ਹੁਣ ਅਸੀਂ ਇਸ ਕੀ ਦੋ ਚਾਰ ਮਿੰਟ ਹੋਰ ਪਕਾਉਣੇ ਆ ਹੁਣ, ਠੀਕ ਹੈ ਜੀ।
ਬਿਲਕੁਲ ਜੀ, ਜਿਉਂ ਅਸੀਂ ਯੋਗਟ ਪਾਇਆ ਨਾ, ਠੀਕ ਹੈ ਜੀ, ਅਸੀਂ ਚੁੱਲ੍ਹਾ ਹੁਣ ਤੇਜ਼ ਕਰ ਦਿੰਦਾ ਤਾਂ ਕਿ ਇਸਕੀ ਥੋੜ੍ਹਾ ਜਿਹਾ ਸੇਕ ਲੱਗਾ। ਚੁੱਲ੍ਹਾ ਅਸੀਂ ਮੱਠਾ ਤਾਂ ਕੀਤਾ ਸੀ ਜੇ ਇੱਧਰ ਸੜਿਆ ਨਾ, ਅਸੀਂ ਉੱਧਰ ਆਪਣੇ ਕੰਮ ਕਰ ਰਹੇ ਇੱਧਰ ਸੜ ਜਾਏ ਯੋਗਟ ਆਪਣਾ ਚੀਜ਼ਾਂ ਸ਼ਾਮਿਲ ਕਰਨੇ ਸਾਂ, ਪੇ ਇਸ ਵਿੱਚ ਅੱਗ ਥੋੜ੍ਹੀ ਜਿਹੀ ਅਸੀਂ ਘੱਟ ਕੀਤੀ ਸੀ, ਠੀਕ ਹੈ ਜੀ। ਹੁਣ ਅਸੀਂ ਜਨਾਬ ਇਸਕੀ ਚੁੱਲ੍ਹਾ ਜਿਹੜਾ ਉਹ ਫੁੱਲ ਕੀਤਾ ਤਾਂ ਕਿ ਇਸਕੀ ਥੋੜ੍ਹਾ ਸੇਕ ਲੱਗ ਜਾਏ ਜੀ। ਇਸਕੀ ਨਾਲ ਨਾਲ ਪੱਕਣ ਦੇਣੇ ਆ, ਇੱਧਰ ਸਾਡਾ ਪਾਣੀ ਗਰਮ ਹੋਣਾ ਪਿਆ ਇਨਸ਼ਾ ਅੱਲਾ। ਬਿਲਕੁਲ ਜੀ, ਹੁਣ ਅਸੀਂ ਸ਼ਾਮਿਲ ਕਰਨੇ ਇਸ ਵਿੱਚ ਗ੍ਰੀਨ ਚਿੱਲੀ, ਠੀਕ ਹੈ ਜੀ। ਇਹ ਗ੍ਰੀਨ ਚਿੱਲੀ ਜਿਹੜੀ ਅਸੀਂ ਇੱਥੇ ਰੱਖੀ ਹੈ, ਬਿਸਮਿਲ੍ਲਾ। ਠੀਕ ਹੈ ਜਨਾਬ, ਗ੍ਰੀਨ ਚਿੱਲੀ ਇਸ ਵਿੱਚ ਹੋ ਗਈ ਸ਼ਾਮਿਲ, ਬਿਸਮਿਲ੍ਲਾ। ਮਾਸ਼ਾਅੱਲਾ, ਮਸਾਲਾ ਜਿਹੜਾ ਸਾਡਾ ਬਹੁਤ ਹੀ ਨਾਈਸ ਬਣਿਆ ਜੀ, ਨਜ਼ਰ ਆ ਰਿਹਾ ਜਨਾਬ ਸਾਹਮਣੇ। ਬਿਲਕੁਲ ਜੀ, ਸਕਿਓਰ ਕਿਤੇ ਦੇਰ ਭੁੱਜਣ ਦੇ ਜੀ, ਤਕਰੀਬਨ ਇੱਕ ਦੋ ਮਿੰਟ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਭੈਣ ਭਰਾ, ਜਿਸਲੇ ਥੋੜ੍ਹਾ ਜਿਹਾ ਸਾਡਾ ਗੋਸ਼ਤ ਹੋਰ ਕੁਛ ਸੀ ਨਾ ਦੋ ਇੱਕ ਮਿੰਟ ਹੋਰ, ਤਾਂ ਫਿਰ ਅਸੀਂ ਇਸਦੇ ਜਨਾਬ ਲੈਮਨ ਜੂਸ ਜਿਹੜਾ ਉਹ ਸ਼ਾਮਿਲ ਕਰ ਸਕਦਾ, ਠੀਕ ਹੈ ਜੀ। ਅਸਾਂ ਲੈਮਨ ਜੂਸ ਜਿਹੜਾ ਉਹ ਤਕਰੀਬਨ ਇਸ ਵਿੱਚ ਆਈ ਥੋੜ੍ਹਾ ਜਿਹਾ ਹੀ ਹੈ ਜੀ। ਬਿਸਮਿਲ੍ਲਾਹਿ ਰਹਿਮਾਨਿ ਰਹੀਮ ਜੀ, ਬਿਲਕੁਲ ਮਸਾਲਾ ਸਾਡਾ ਜਿਹੜਾ ਉਹ ਤਿਆਰ ਹੈ ਇੱਧਰ ਹੈ ਜੀ। ਇਹ ਅਸਾਂ ਇੱਕ ਟੇਬਲ ਸਪੂਨ ਜਿਹੜੀ ਹੈ ਉਹ ਅਸਾਂ ਲੈਮਨ ਜੂਸ ਇਸ ਵਿੱਚ ਪਾ ਸਕਾਂ, ਠੀਕ ਹੈ ਜੀ। ਸਿਰਫ ਇੱਕ ਟੇਬਲ ਸਪੂਨ ਹੈ ਜੀ, ਇਹ ਅਸਾਂ ਸ਼ਾਮਿਲ ਕਰ ਦਿੰਦੀ ਹੈ ਜਨਾਬ। ਹੁਣ ਅਸਾਂ ਚੁੱਲ੍ਹਾ ਜਿਹੜਾ ਉਹ ਕਰਨੇ ਆ ਬੰਦ, ਠੀਕ ਹੈ ਜੀ। ਇਸ ਕੇ ਅਸਾਂ ਹੁਣ ਥੋੜ੍ਹਾ ਜਿਹਾ ਲਾਣੇ ਆਂਡੀ ਵੀ ਨਾਲ ਹੀ, ਮਾਸ਼ਾਅੱਲਾ ਆਂਡੀ ਜਿਹੜੀ ਸਾੜੀ ਆ ਉਹ ਹੁਣ ਤਿਆਰ ਹੈ, ਠੀਕ ਹੈ ਜੀ। ਯਾਨੀ ਕਿ ਚਾਂਪਾਂ ਸਾੜੀਆਂ ਜਿਹੜੀਆਂ ਉਹ ਤਿਆਰ ਨੇ ਇੱਧਰ। ਹੁਣ ਅਸਾਂ ਉੱਧਰ ਚਾਵਲਾਂ ਨਾਲ ਕੁਛ ਕਰਨੇ ਆ, ਉਹਨਾਂ ਕਿ ਉਬਾਲਣੇ ਆ ਚਾਵਲਾਂ ਕੀ, ਤਾਂ ਫਿਰ ਜਨਾਬ ਇਹਨੇ ਕੀ ਕਰਨੇ ਆ ਸ਼ਾਮਿਲ ਉੱਧਰ ਚਾਂਪਾਂ ਕੀ ਨਾਲ, ਤਾਂ ਬਿਰਿਆਨੀ ਜਿਹੜੀ ਸਾੜੀ ਆ ਤਕਰੀਬਨ ਦਮੇ ਪਰ ਲੱਗ ਜਾਸੀ ਫਿਰ ਇਨਸ਼ਾਅੱਲਾ, ਠੀਕ ਹੈ ਜੀ। ਜੀ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਭੈਣ ਭਰਾ, ਪਾਣੀ ਜਿਹੜਾ ਸਾਡਾ ਉਹ ਉਬਲਿਆ ਹੁਣ, ਠੀਕ ਹੈ ਜੀ। ਮਾਸ਼ਾਅੱਲਾ ਪਾਣੀ ਇੱਧਰ ਰੈਡੀ ਹੈ। ਹੁਣ ਅਸੀਂ ਇਸਨੇ ਸ਼ਾਮਿਲ ਕਰਨੇ ਆ ਚਾਵਲ ਜਿਹੜੇ ਅਸੀਂ ਇੱਥੇ ਸੇੜ ਕੇ ਰੱਖੇ ਸਨ, ਠੀਕ ਹੈ ਜੀ। ਬਿਸਮਿਲ੍ਲਾਹਿ ਜੀ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਬਿਲਕੁਲ ਜੀ, ਚਾਵਲ ਜਿਹੜੇ ਨੇ ਉਹ ਸਾਡੇ ਜਨਾਬ ਐਦਾਂ ਅਸਾਂ ਉਹਨੇ ਸ਼ਾਮਿਲ ਕਰ ਦਿੰਦੇ। ਬਿਲਕੁਲ ਜੀ, ਚਾਵਲ ਜਿਹੜੇ ਅਸਾਂ ਉਬਲਣ ਵਾਸਤੇ ਰੱਖੇ ਨੇ ਹੁਣ ਇੱਥੇ ਨਹੀਂ, ਜਿਵੇਂ ਹੀ ਚਾਵਲ ਉਬਲ ਸਨ ਤਿਆਰ ਹੋ ਸਨ ਫਿਰ ਤੁਸੀਂ ਕੀ ਅਗਲਾ ਸਟੈਪ ਜਿਹੜਾ ਉਹ ਵੀ ਦੱਸਣੇ ਆ ਨਾਲ ਨਾਲ, ਠੀਕ ਹੈ ਜੀ। ਤਕਰੀਬਨ ਚਾਵਲ ਜਿਹੜਾ ਨਾ 20 ਮਿੰਟ ਭੰਜੀ ਨਹੀਂ ਸਨ, ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਸਟੈਪ ਹੈ ਉਹ ਤੁਸੀਂ ਕੀ ਦੱਸਣੇ ਆ ਜੀ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਬਿਲਕੁਲ ਜੀ, ਅਸਾਂ ਚਾਵਲ ਜਿਹੜੇ ਨੇ ਮਾਸ਼ਾਅੱਲਾ ਸ਼ਾਮਿਲ ਕੀਤੇ ਨੇ ਪਾਣੀ 'ਚ ਜੀ, ਤਾਂ ਹੁਣ ਅਸਾਂ ਇਹਨਾਂ ਕੀ ਰਹਿਣ ਦੇਣੇ, ਇਹਨਾਂ ਕੀ ਅਸਾਂ ਜਨਾਬ ਗਲਣ ਦੇਣੇ ਚਾਵਲਾਂ ਕੀ, ਫਿਰ ਅਗਲਾ ਸਟੈਪ ਤੁਸੀਂ ਨਾਲ ਸ਼ੇਅਰ ਕਰਨਾ ਜੀ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਭੈਣ ਭਰਾਓ, ਅਗਲਾ ਜਿਹੜਾ ਸਟੈਪ ਹੈ ਸਾਡਾ ਉਹ ਕੇਵੜਾ, ਇੱਕ ਟੇਬਲ ਸਪੂਨ ਕੇਵੜਾ ਬਸ ਹੁਣ, ਠੀਕ ਹੈ ਜੀ। ਬਿਲਕੁਲ ਜੀ, ਇੱਕ ਟੇਬਲ ਸਪੂਨ ਜਿਹੜੀ ਉਹ ਅਸਾਂ ਕੇਵੜਾ ਸ਼ਾਮਿਲ ਕਰਨੇ ਇਸ ਵਿੱਚ।
ਠੀਕ ਹੈ ਜੀ, ਕੇਵੜਾ ਇਸ ਵਿੱਚ ਪੈ ਗਿਆ 1 ਟੇਬਲ ਸਪੂਨ। ਹੁਣ ਅਸਾਂ ਜਨਾਬ ਇੱਧਰ ਸ਼ਾਮਿਲ ਕਰ ਸਕਦੇ ਹਾਂ ਇਸ ਵਿੱਚ ਨਿਮਕ। ਬਿਲਕੁਲ ਜੀ, ਨਿਮਕ ਜਿਹੜਾ ਅਸੀਂ ਇੱਧਰ ਰੱਖਿਆ ਹੈ ਇਹ ਹੁਣ ਅਸੀਂ ਸ਼ਾਮਿਲ ਕਰ ਰਹੇ ਹਾਂ। ਠੀਕ ਹੈ ਜੀ, ਠੀਕ ਹੈ ਜੀ, ਨਿਮਕ ਸ਼ਾਮਿਲ ਕੀਤਾ। ਬਿਸਮਿਲ੍ਲਾਹ, ਬਿਲਕੁਲ ਨਾ, ਬੜੇ ਪਿਆਰ ਨਾਲ ਇਸ ਕੀ ਲਾਸ ਹੋਈ ਹੈ ਤਾਂ ਕਿ ਚਾਵਲ ਭੱਜਣ ਨਾ। ਸਿਰਫ ਨਾ ਇਸ ਵਿੱਚ ਸ਼ਾਮਿਲ ਹੋ ਜਾਏ, ਬਸ ਮਿਕਸ ਹੋ ਜਾਏ ਨਿਮਕ। ਬਿਲਕੁਲ ਜੀ, ਇੱਕ ਅਸੀਂ ਚਾਵਲ ਨਾਲ ਚੈੱਕ ਵੀ ਕਰਨੇ ਹਾਂ, ਬਸ ਜ਼ਰਾ ਕੀ ਫਰਕ ਹੈ ਜੀ, ਜ਼ਰਾ ਫਰਕ ਹੈ ਇਸ ਵਿੱਚ ਜੀ। ਬਿਸਮਿਲ੍ਲਾ ਰਹਿਮਾਨ ਰਹੀਮ, ਭੈਣਾਂ ਭਰਾਓ, ਅਗਲਾ ਸਟੈਪ ਜਿਹੜਾ ਸਾਡਾ ਉਹ ਹੈ ਕਿ ਚਾਵਲ ਜਿਹੜੇ ਸਾਡੇ ਨਾਲ ਗਲ ਕੇ ਚਾਵਲ ਇੱਧਰ ਤਿਆਰ ਹੋਣ। ਹੁਣ ਅਸੀਂ ਪਾਣੀ ਡਰੇਨ ਕਰਨੇ ਨੇ, ਚਾਵਲ ਜਨਾਬ ਨਿਚੋੜਨੇ ਆ। ਠੀਕ ਹੈ ਜੀ, ਨਿਚੋੜ ਕੇ ਚਾਵਲ ਤਾਂ ਫਿਰ ਅਸਾਂ ਜਨਾਬ ਅਗਲਾ ਸਟੈਪ ਤੁਸੀਂ ਕੀ ਦੱਸਣੇ। ਬਿਲਕੁਲ ਜੀ, ਇੱਧਰ ਆ ਕੇ ਕੈਮਰਾਮੈਨ ਜੀ ਇਸ ਸਾਈਡ ਦਾ, ਇਸ ਸਾਈਡ ਦਾ ਆਓ ਦੱਸੋ ਜ਼ਰਾ। ਬਿਲਕੁਲ ਚਾਵਲ ਇਹ ਜਨਾਬ ਅਸਾਂ ਬਣੇ। ਰਹਿਮਾਨ ਰਹੀਮ, ਭੈਣ ਭਰਾ, ਦੇਸ਼ਕਾ ਸਾਰਾ ਰੈਡੀ ਹੈ, ਲੇਕਿਨ ਇਸ ਵਿੱਚ ਥੱਲੇ ਸਭ ਤੋਂ ਪਹਿਲੇ ਥੋੜ੍ਹਾ ਜਿਹਾ ਨਾ ਤੇਲ ਪਾਇਆ ਹੈ। ਠੀਕ ਹੈ ਜੀ, ਕਿਉਂਕਿ ਜਿਹੜੇ ਚਾਵਲ ਬੁੰਨੋ ਸਨ ਨਾ ਉਹ ਚਾਵਲ ਸੜਨੇ ਨਹੀਂ। ਠੀਕ ਹੈ ਜੀ, ਇਹ ਮਾੜਾ ਜਿਹਾ ਇਸ ਤੇਲ ਲਾ ਦਿੰਦਾ ਹੁਣ ਅਸੀਂ, ਤਾਂ ਕਿ ਚਾਵਲ ਜਿਹੜੇ ਥੱਲੇ ਐਂਡਲੇ ਹੋ ਸਨ ਉਹ ਨਾਲ ਲੱਗਣ ਨਾ, ਹੈ ਜੀ, ਦਾਣਾ ਜਿਹੜਾ ਦੇਸਾਂ। ਠੀਕ ਹੈ ਜੀ, ਬਿਸਮਿਲ੍ਲਾ, ਬਿਲਕੁਲ ਹੁਣ ਅਸੀਂ ਸਟੈਪ ਬਾਏ ਸਟੈਪ ਤਿਆਵਾਂ ਲਾਸਾਂ, ਤਿਆਵਾਂ ਲਾ ਕੇ ਅਸਾਂ ਨਾਲ ਗੋਸ਼ਤ ਬਣ ਜਾ ਸਾ, ਤੁਸੀਂ ਕਿੱਦਾਂ ਦੱਸਣੇ ਜਾ ਸਾ। ਠੀਕ ਹੈ ਜੀ, ਬਿਸਮਿਲ੍ਲਾ ਰਹਿਮਾਨ ਰਹੀਮ, ਸਭ ਤੋਂ ਪਹਿਲੇ ਜੀ ਚਾਵਲ ਅਸਾਂ ਤਹਿ ਲਾ ਸਾਂ ਇੱਕ। ਬਿਸਮਿਲ੍ਲਾ, ਬਿਲਕੁਲ ਜੀ, ਸਭ ਤੋਂ ਪਹਿਲੇ ਜਿਹੜੀ ਤਹਿ ਸੀ ਉਹ ਚਾਵਲ ਨਹੀਂ ਲੱਗ ਗਿਆ, ਉਸ ਤੋਂ ਉੱਪਰ ਅਸਾਂ ਹੁਣ ਸ਼ਾਮਿਲ ਕਰ ਸਾਂ ਜਨਾਬ ਗੋਸ਼ਤ, ਸੋਰੀ ਉਸ ਤੋਂ ਅੱਗੇ ਸ਼ਾਮਿਲ ਕਰ ਸਾਂ ਅਸਾਂ ਧਨੀਆ ਅਤੇ ਪੂਦਨਾ ਜਿਹੜਾ ਇੱਥੇ ਕੱਟ ਕੇ ਰੱਖਿਆ ਨਾ ਅਸਾਂ, ਥੋੜ੍ਹਾ ਥੋੜ੍ਹਾ ਇਹ ਵੀ ਨਾਲ ਪਾਸਾਂ। ਠੀਕ ਹੈ ਜੀ, ਉਸ ਤੋਂ ਬਾਅਦ ਲੈਮਨ ਸਾਡੇ ਕੋਲ 2 ਲੈਮਨ ਇੱਥੇ ਰੱਖੇ। ਠੀਕ ਹੈ ਜੀ, ਹੁਣ ਅਸਾਂ ਬਿਸਮਿਲ੍ਲਾ ਪੜ੍ਹ ਕੇ ਜਨਾਬ, ਬਿਲਕੁਲ ਜੀ ਚਾਵਲ ਅਸਾਂ ਬਾਇਲ ਸਭ ਤੋਂ ਪਹਿਲਾਂ, ਉਸ ਤੋਂ ਉੱਪਰ ਅਸਾਂ ਲੈਮਨ ਪੂਦਨਾ ਅਤੇ ਧਨੀਆ, ਉਸ ਤੋਂ ਉੱਪਰ ਅਸਾਂ ਸੁੱਕਾ ਧਨੀਆ ਜਿਹੜਾ ਨਾ ਥੋੜ੍ਹਾ ਜਿਹਾ ਝੂੰਡੀ ਕਹਿ ਜੀ ਅਤਾਕੀ ਨੂੰ ਜ਼ਰਾ ਇੱਕ, ਇਸ ਨਾਲ ਜਿਹੜਾ ਨਾ ਖੁਸ਼ਬੋ ਵੀ ਹੋ ਸੀ ਔਰ ਨਾਈਸ ਹੋ ਸੀ। ਉਸ ਤੋਂ ਅੱਗੇ ਗਰਮ ਮਸਾਲਾ ਉਹ ਵੀ ਤਕਰੀਬਨ ਇਤਨਾ ਹੀ ਕਹਿ ਜੀ, ਉਸ ਤੋਂ ਅੱਗੇ ਗਰਮ ਮਸਾਲਾ ਬਿਲਕੁਲ ਥੋੜ੍ਹਾ ਜਿਹਾ ਇਹ ਨਾਲ ਅਸੀਂ ਸ਼ਾਮਿਲ ਕੀਤਾ ਜੀ। ਠੀਕ ਹੈ ਜੀ, ਹੁਣ ਬਿਸਮਿਲ੍ਲਾ ਰਹਿਮਾਨ ਰਹੀਮ, ਅਗਲਾ ਜਿਹੜਾ ਸਟੈਪ ਆ ਉਹ ਚੰਪ ਆਉਣਾ ਜੀ। ਠੀਕ ਹੈ ਜੀ, ਇਹ ਹੁਣ ਅਸਾਂ ਚੰਪ ਸ਼ਾਮਿਲ ਕਰਨਾ ਗਿਆ ਜੀ। ਬਿਸਮਿਲ੍ਲਾ ਮਾਸ਼ਾ ਅੱਲਾਹ, ਬਿਸਮਿਲ੍ਲਾ
ਬਿਲਕੁਲ ਜੀ, ਅਸਾਂ ਹੁਣ ਚਾਂਪਾ ਸ਼ਾਮਲ ਕਰਨੇ ਆ ਭਾਅ ਜੀ। ਠੀਕ ਹੈ ਜੀ, ਮਾਸ਼ਾ ਅੱਲਾਹ। ਇਸ ਤੋਂ ਅਗਲੀ ਤਹਿ ਜਿਹੜੀ ਅਸੀਂ ਉਹ ਚਾਵਲ ਹੋਸਨ। ਠੀਕ ਹੈ ਜੀ, ਬਿਸਮਿਲਲਾਹਿਰਰਹਿਮਾਨਿਰਰਹੀਮ। ਅੱਗੇ ਅਸੀਂ ਜਨਾਬ ਫਿਰ ਚਾਵਲ ਸ਼ਾਮਿਲ ਕਰਸਾਂ ਹੁਣ। ਠੀਕ ਹੈ ਜੀ, ਅਗਲੀ ਤਹਿ ਚਾਵਲਾਂ ਦੀਆਂ। ਫਿਰ ਉਸ ਤੋਂ ਅੱਗੇ ਫਿਰ ਜਨਾਬ ਅਗਲਾ ਜਿਹੜਾ ਸਟੈਪ ਹੈ ਉਹ ਚਾਂਪਾ ਨਾ ਜੀ, ਸੋਰੀ ਅਗਲਾ ਸਟੈਪ ਜਿਹੜਾ ਸੀ ਉਹ ਇਹ ਚੀਜ਼ ਹੈ। ਠੀਕ ਹੈ ਜੀ, ਇਹ ਚੀਜ਼ ਉਸ ਤੋਂ ਅੱਗੇ ਫਿਰ ਹੋ ਗਈ ਜਨਾਬ ਚਾਹੁਣ ਪਿਆ। ਬਿਲਕੁਲ ਜੀ, ਉਸ ਤੋਂ ਅਗਲਾ ਸਟੈਪ ਜਿਹੜਾ ਉਹ ਸੁੱਕਾ ਧਨੀਆ ਜਿਹੜਾ ਫਿਰ ਸਟਣੀ ਹੈ ਜੀ, ਸਟੈਪ ਬਾਈ ਸਟੈਪ ਥੋੜ੍ਹਾ ਜਿਹਾ, ਬਿਲਕੁਲ ਬਿਲਕੁਲ ਥੋੜ੍ਹਾ ਜਿਹਾ। ਠੀਕ ਹੈ ਜੀ, ਉਸ ਤੋਂ ਅੱਗੇ ਫਿਰ ਸਤਰੀ ਜਨਾਬ ਗਰਮ ਮਸਾਲਾ ਅਗਲਾ ਸਟੈਪ ਜਿਹੜਾ ਉਹ ਅਸੀਂ ਥੋੜ੍ਹਾ ਜਿਹਾ। ਬਿਲਕੁਲ ਜੀ, ਅੱਗੇ ਫਿਰ ਅਸੀਂ ਸ਼ਾਮਿਲ ਕਰਨੇ ਹਾਂ ਜੀ ਚਾਂਪਾਂ, ਮਾਸ਼ਾ ਅੱਲਾਹ। ਬਿਲਕੁਲ ਜੀ, ਇਹ ਜਿਹੜਾ ਨਾ ਚਾਂਪਾ ਨਾ ਆਖਰੀ ਤਿਆਰ ਹੋਣ, ਇਸ ਤੋਂ ਬਾਅਦ ਫਿਰ ਚਾਵਲ ਹੀ ਹੋ ਸਕਣ। ਠੀਕ ਹੈ ਜੀ, ਬਿਲਕੁਲ ਜਨਾਬ ਅਸਾਂ ਚਾਵਲ ਜਨਾਬ ਆਖਰੀ ਸਟੈਪ ਜਿਹੜਾ ਸੀ ਉਹ ਹੋ ਗਿਆ ਸਾਡਾ। ਠੀਕ ਹੈ ਜੀ, ਮਾਸ਼ਾ ਅੱਲਾਹ, ਅੱਲਾਹ ਨੇ ਫਸਲੋ ਕਰਮ ਨਾਲ ਜਨਾਬ ਬਿਰਿਆਨੀ ਜਿਹੜੀ ਸਾਡੀ ਹੈ ਉਹ ਹੋ ਗਈ ਤਿਆਰ। ਠੀਕ ਹੈ ਜੀ, ਬਿਲਕੁਲ ਜਨਾਬ ਇਹ ਬਿਰਿਆਨੀ ਸਾਡੀ ਹੋ ਗਈ ਤਿਆਰ। ਹੁਣ ਆਖਰੀ ਸਟੈਪ ਜਿਹੜਾ ਉਹ ਜਨਾਬ ਹੁਣ ਬਿਲਕੁਲ ਜੀ ਗਲਵਸ ਸਾਡਾ ਫੱਟੀ ਗਿਆ, ਇਸ ਲਈ ਲਾਈ ਛੱਡਦੇ ਹਾਂ। ਹੁਣ ਸਾਡਾ ਕੰਮ ਜਿਹਾ ਇੱਧਰ ਹੋ ਗਿਆ ਮੁਕੰਮਲ। ਬਿਲਕੁਲ ਜੀ, ਥੋੜ੍ਹਾ ਜਿਹਾ ਨਸਨੇ ਇਸਨੇ ਚ ਨਾ ਕਲਰ ਵੀ ਪਾਸ ਆਇਆ ਜੀ, ਮਾੜਾ ਜਿਹਾ ਕਲਰ ਇਸ ਕੀ ਦੇਣੇ ਆ ਜੀ ਬਿਰਿਆਨੀ ਕੀ, ਤਾਂ ਕਿ ਲੁਕਸ ਜਿਹੜੀ ਉਹ ਨਾਇਸ ਹੋ ਜਾਵੇ ਸੀ। ਫਿਰ ਮਾੜਾ ਜਿਹਾ ਕਲਰ ਇਸ ਸ਼ਾਮਿਲ ਕਰੋ ਨਾ, ਇਸ ਲੁਕਸ ਜਿਹੜੀ ਹੈ ਉਹ ਫਿਰ ਨਾਈਸ ਹੋ ਗਈ ਹੈ ਜੀ। ਬਿਲਕੁਲ ਜੀ, ਆਖਰੀ ਸਟੈਪ ਜਿਹੜਾ ਉਹ ਹੁਣ ਇਹ ਹੈ ਕਿ ਜਿਹੜਾ ਅਸਾਂ ਕੋਲ ਧਨੀਆ ਥੋੜ੍ਹਾ ਜਿਹਾ ਰਹਿਣਾ ਅਤੇ ਪੂਜਣਾ ਇਹ ਬਾਣੇ ਇਸ ਵਿੱਚ। ਠੀਕ ਹੈ ਜੀ, ਔਰ ਦੋ ਤਿੰਨ ਲੈਮਨ ਵੀ ਜਿਹੜੇ ਰਹਿ ਗਏ ਚਲੋ ਇਹ ਵੀ ਸ਼ਾਮਿਲ ਕਰ ਦੇਣੇ ਨਾਲ। ਲਓ ਜੀ, ਸਾਡੀ ਬਿਰਿਆਨੀ ਜਿਹੜੀ ਹੈ ਜਨਾਬ ਇਹ ਦਮੇ ਬਰੂਨਟਿਕ ਸੀ। ਬਿਲਕੁਲ ਜੀ, ਜਿਹੜਾ ਧਨੀਆ ਤਾਂ ਪੂਜਣਾ ਸਾਂ ਬਾਣੇ ਨਾ ਪਏ, ਅਸਾਂ ਬਿਲਕੁਲ ਥੋੜ੍ਹਾ ਥੋੜ੍ਹਾ ਸ਼ਾਮਿਲ ਕੀਤਾ ਕਿਉਂਕਿ ਸਾਡੇ ਕੈਮਰਾਮੈਨ ਜਿਹੜੇ ਉਹ ਜ਼ਿਆਦਾ ਨਹੀਂ ਪਸੰਦ ਕਰਨੇ, ਤਾਂ ਵੈਸੇ ਵੀ ਜਦੋਂ ਇਹ ਆ ਜਾਣਾ ਪਲੇਟਾਂ ਵਿੱਚ ਚਮਚੇ 'ਚ ਤਾਂ ਉਹ ਫਿਰ ਠੀਕ ਨਹੀਂ ਹੋਣਾ, ਖੁਸ਼ਬੂ ਵਾਸਤੇ ਹੋਣਾ ਥੋੜ੍ਹਾ ਜਿਹਾ ਪੂਦਰਾਂ ਅਤੇ ਧਨੀਆ ਹੈ ਜੀ। ਅਤੇ ਬਿਲਕੁਲ ਜੀ, ਲੈਮਨ ਵੀ ਅਸਾਂ ਬਾਹਰ ਪੂਦਰਾਂ ਧਨੀਆ ਸਾਰਾ ਕੁਝ ਪੈ ਗਿਆ ਹੁਣ ਅਸਾਂ ਇਸ ਕੀ ਦਮਾ ਦੇਣੇ ਆ। ਉਸ ਤੋਂ ਬਾਅਦ ਅਸਾਂ ਤੁਸੀਂ ਕਿ ਜਨਾਬ ਬਿਰਿਆਨੀ ਜਦੋਂ ਤਿਆਰ ਹੋ ਜਾਵੇ ਸੀ
ਟੇਸਟ ਕਰਕੇ ਦੱਸਣੇ ਆ, ਠੀਕ ਹੈ ਜੀ? ਸਾਡੇ ਨਾਲ ਨਾਲ ਰਵੇ ਜੀ, ਤਕੜੇ ਰਵੇ ਜੀ। ਬਿਸਮਿਲ੍ਲਾਹਿ ਰਹਿਮਾਨ ਰਹੀਮ ਭੈਣ ਭਰਾ, ਸਾਡੀ ਜਿਹੜੀ ਬਿਰਿਆਨੀ ਸੀ ਉਹ ਫਾਈਨਲੀ ਤਿਆਰ ਹੋ ਗਈ ਹੈ ਜਨਾਬ। ਦਮਾ ਦਿੱਤੇ ਅਸੀਂ, ਹੁਣ ਦਮਾ ਅਸਾਂ ਪੱਟਣ ਲੱਗੇ ਆਇਆ ਤੱਕ ਜਨਾਬ ਦੱਸਣੇ ਤੁਸੀਂ ਕੀ ਹੈ ਜੀ। ਕੈਮਰਾਮੈਨ ਜੀ ਕਲੋਜ਼ ਆ ਜੀ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਬਿਲਕੁਲ ਜੀ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਲਓ ਜੀ, ਮਾਸ਼ਾਅੱਲਾ ਮਾਸ਼ਾਅੱਲਾ ਜੀ, ਸਾਡੀ ਜਿਹੜੀ ਬਿਰਿਆਨੀ ਹੈ ਮਾਸ਼ਾਅੱਲਾ ਬਹੁਤ ਹੀ ਅੱਛੀ ਬਣੀ ਹੈ ਜੀ। ਬਿਲਕੁਲ ਜੀ, ਦਮਾ ਅਸਾਂ ਹੁਣ ਇਸਨੇ ਚੋਂ ਪੱਟਿਆ ਹੋਇਆ, ਪੱਟੀ ਜਨਾਬ ਮਿਕਸ ਕਰਕੇ ਥੋੜ੍ਹੀ ਜਿਹੀ ਦੱਸਣੇ ਹਨ, ਫਿਰ ਕੋਈ ਕਰਾਇਤਾ ਵੀ ਬਣਾਉਣੇ ਨਾਲ, ਫਿਰ ਟੇਸਟ ਕਰਕੇ ਦੱਸਣੇ ਤੁਸੀਂ ਅੱਗੇ ਜੀ। ਬਿਸਮਿਲ੍ਲਾਹਿ ਮਾਸ਼ਾਅੱਲਾ, ਕਿਆ ਬਾਤ ਹੈ, ਠੀਕ ਹੈ ਜੀ, ਮਾਸ਼ਾਅੱਲਾ। ਬਿਲਕੁਲ ਜੀ, ਅਸੀਂ ਹੁਣ ਕੋਈ ਰਾਇਤਾ ਵੀ ਬਣਾਉਣੇ ਆ ਅਤੇ ਤੁਸੀਂ ਸਾਡੇ ਨਾਲ ਨਾਲ ਰਹਿਣਾ, ਰਾਇਤਾ ਵੀ। ਬਿਲਕੁਲ ਜੀ, ਰਾਇਤਾ ਜਿਹੜਾ ਉਹ ਸਾਡੇ ਕੋਲ ਭਾਈ ਸਾਹਿਬ ਨੂੰ ਆਇਆ ਸੀ, ਕੋਈ ਵੀ ਚੀਜ਼ਾਂ ਬਣਾ ਕੇ ਦੱਸਿਆ ਕਿ ਅਸੀਂ ਅਸਾਂ ਜਲਦੀ 'ਚ ਬਣਾ ਸਕਾਂ ਜੀ। ਮੈਂ ਕੰਮਾਂ ਪ੍ਰਭਾਵੀ ਤਾਂ ਫਟਾਫਟ ਬਣਾ ਖਾ ਨਹੀਂ, ਜਾਂ ਸਟੂਡੈਂਟ ਨੇ ਸਾਡੇ ਜਿਹੜੇ ਭਾਈ ਉਹ ਵੀ ਸਤਰੇ ਜਨਾਬ ਜਲਦੀ ਵਿੱਚ। ਬਿਲਕੁਲ ਜੀ, ਅੱਜ ਅਸਾਂ ਜਨਾਬ ਕੋਈ ਰਾਇਤਾ ਬਣਾ ਸਾਂ, ਯੋਗਟ ਮਿਕਸ ਕਰ ਰਹੇ ਹਾਂ ਇੱਥੇ, ਠੀਕ ਹੈ ਜੀ। ਬਿਸਮਿਲ੍ਲਾਹਿ, ਠੀਕ ਹੈ ਜੀ, ਬਿਸਮਿਲ੍ਲਾਹਿ, ਕੋਈ ਰਾਇਤਾ ਜਿਹੜਾ ਉਹ ਹੈ, ਉਸਨੇ ਵੀ ਜਨਾਬ ਥੋੜ੍ਹਾ ਜਿਹਾ ਨਿਮਕ ਸ਼ਾਮਿਲ ਕਰ ਸਕਦਾ, ਥੋੜ੍ਹਾ ਜਿਹਾ ਜ਼ੀਰਾ ਸ਼ਾਮਿਲ ਕਰ ਸਕਦਾ, ਰਾਇਤਾ ਸਾਡਾ ਤਿਆਰ। ਅੱਜ ਅਸਾਂ ਹੋਰ ਕੁਝ ਵੀ ਨਾ ਬਣਾਉਣੇ, ਠੀਕ ਹੈ ਜੀ। ਵੈਸੇ ਅਸਾਂ ਰਾਇਤਾ ਜਿਹੜਾ ਬਣਾਉਣੇ ਹੋਣੇ ਆ, ਉਸਨੇ 'ਚ ਅਸਾਂ ਕਿਊਕੰਬਰ ਵਗੈਰਾ ਸ਼ਾਮਿਲ ਕਰ ਰਹੇ ਹਾਂ, ਸਾਰਾ ਕੁਝ ਬਾਈ ਹੈ, ਲੇਕਿਨ ਅੱਜ ਜਿਹੜਾ ਨਜ਼ਾਰਾ ਇੱਕ ਡਿਫਰੈਂਟ ਜਾ ਜੀ। ਬਿਲਕੁਲ ਚੁੰਡੀ ਕਿਸੇ ਜਿਵੇਂ ਨਿਮਕ ਵੀ ਅਸਾਂ ਬਣੇ ਹਾਂ ਜੀ। ਬਿਲਕੁਲ ਜਨਾਬ, ਇੱਕ ਰਾਇਤਾ ਜਿਹੜਾ ਸਾਡਾ ਤਿਆਰ ਹੈ। ਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ, ਬਿਲਕੁਲ ਜੀ, ਮੈਂ ਆਖਿਆ ਬਈ ਕਿਊਕੰਬਰ ਤੋਂ ਬਗੈਰ ਮਜ਼ਾ ਨਹੀਂ ਆਉਣਾ ਜੀ। ਕਿਊਕੰਬਰ ਇਸ ਵਿੱਚ ਸ਼ਾਮਿਲ ਕਰਨ ਦੇ ਨਾਲ ਥੋੜ੍ਹੀ ਜੀ, ਵੈਸੇ ਤਾਂ ਉਹ ਜਿਹੜਾ ਰਾਇਤਾ ਉਸ ਤਰ੍ਹਾਂ ਵੀ ਉਹ ਵੀ ਨਾਈਸ ਬਣਨਾ, ਲੇਕਿਨ ਇਸ ਤਰ੍ਹਾਂ ਜਿਹੜਾ ਤੁਸੀਂ ਕਿਊਕੰਬਰ ਵਿੱਚ ਸ਼ਾਮਿਲ ਕਰ ਇਹਨੂੰ ਕੋਈ ਕੱਟ ਕੇ, ਕਿਉਂਕਿ ਚਾਵਲ ਬਾਹੋ ਨਾ ਫਿਰ ਕਿਊਕੰਬਰ ਨਾਲ ਵਿੱਚ ਹੋਵੇ ਤਾਂ ਮਿਕਸ ਕਰਕੇ ਜਨਾਬ ਤਾਂ ਇਹ ਜ਼ਬਰਦਸਤ ਚੀਜ਼ ਬਣਨੀ ਹੈ। ਇਸ ਲਈ ਪਰ ਥੋੜ੍ਹਾ ਜਿਹਾ ਧਨੀਆ ਅਤੇ ਪੂਦਰਾ ਵੀ ਪਾਉਣੇ ਆ ਜੀ, ਥੋੜ੍ਹਾ ਜਿਹਾ ਧਨੀਆ ਅਤੇ ਪੂਦਰਾ ਵੀ ਨਾਲ ਸ਼ਾਮਿਲ ਕਰ ਦਿੰਦਾ ਜੀ, ਠੀਕ ਹੈ ਜਨਾਬ। ਇਹ ਸਾਡਾ ਰਾਇਤਾ ਹੋ ਗਿਆ ਤਿਆਰ, ਹੁਣ ਸਰ ਬਿਰਿਆਨੀ ਟੇਸਟ ਕਰਕੇ ਤੁਸੀਂ ਕੀ ਦੱਸਣੇ ਆ, ਠੀਕ ਹੈ ਜੀ। ਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ, ਭੈਣ ਭਰਾ, ਫਾਈਨਲੀ ਸਾਡੀ ਜਿਹੜੀ ਬਿਰਿਆਨੀ ਆ ਉਹ ਤਿਆਰ ਹੋ ਗਈ ਜਨਾਬ। ਬਿਲਕੁਲ, ਅਸੀਂ ਤੁਸੀਂ ਬਿਰਿਆਨੀ ਨੂੰ ਟੇਸਟ ਕਰਕੇ ਵੀ ਦੱਸਣੇ ਆ, ਰਾਇਤਾ ਵੀ ਟੇਸਟ ਕਰਕੇ ਦੱਸਣੇ, ਇਨਸ਼ਾਅੱਲਾ ਕਿਸ ਤਰ੍ਹਾਂ ਬਣਿਆ ਜੀ। ਬਿਰਿਆਨੀ ਜਿਹੜੀ ਹੈ ਸਾਡੀ ਇਹ ਮਾਸ਼ਾਅੱਲਾ ਜਨਾਬ 2.5 ਤੋਂ 3 ਘੰਟੇ ਨਹੀਂ ਹੈ ਬਿਰਿਆਨੀ ਸਾਰੀ, ਯਾਨੀ ਕਿ ਗੋਸ਼ਤ ਗਾਲੋ, ਚਾਵਲ ਬਣਾਓ, ਸਾਰਾ ਦਮਾ ਸ਼ਮਾ ਦਿਓ, ਟੋਟਲ 2.5-3 ਘੰਟੇ ਲੱਗਣੇ, ਲੇਕਿਨ ਬਿਰਿਆਨੀ ਜਿਹੜੀ ਹੈ ਜ਼ਬਰਦਸਤ ਬਣਨੀ ਹੈ, ਠੀਕ ਹੈ ਜੀ। ਬਿਲਕੁਲ ਜਨਾਬ, ਉਮੀਦ ਕਰਨਾ ਅੱਜ ਦੀ ਜਿਹੜੀ ਵੀਡੀਓ ਤੁਸੀਂ ਪਸੰਦ ਕੀਤੀ ਹੋ ਸੀ, ਹੁਣ ਅਸੀਂ ਜਨਾਬ ਟੇਸਟ ਕਰਨ ਲੱਗੇ ਹਾਂ, ਟੇਸਟ ਕਰਕੇ ਦੱਸਣਾ ਸਾਨੂੰ ਟੇਸਟ ਕਿਸ ਤਰ੍ਹਾਂ। ਬਿਸਮਿਲ੍ਲਾਹਿ ਰਹਿਮਾਨ ਰਹੀਮ।
ਬਿਲਕੁਲ ਜੀ ਬਿਸਮਿਲ੍ਲਾਹਿਰ ਅੱਜ ਬਿਰਿਆਨੀ ਸਾਨੂੰ ਟੇਸਟ ਕਰਨੇ ਆ ਇਨਸ਼ਾਅੱਲਾ ਦੱਸਦੇ ਤੁਸੀਂ ਕਿਸ ਤਰ੍ਹਾਂ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਮਾਸ਼ਾਅੱਲਾ ਜ਼ਬਰਦਸਤ ਹੁਣ ਤੱਕੜਿਆਂ ਵਿੱਚ ਚੰਪ ਗਲੀ ਹੈ ਯਾਨੀ ਠੀਕ ਹੈ ਜੀ ਮਾਸ਼ਾਅੱਲਾ ਇਹ ਤੱਕੋ ਜੀ ਪੋਟੀ ਚੰਪ ਜਿਹੜੀ ਹੈ ਮਾਸ਼ਾਅੱਲਾ ਬਿਹਤਰੀਨ ਗਲੀ ਹੈ ਔਰ ਮਸਾਲੇ ਨਾਲ ਟੇਸਟ ਨਿਮਕ ਮਿਰਚਾਂ ਹਰ ਚੀਜ਼ ਬਿਲਕੁਲ ਬਰਾਬਰ ਹੈ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਬਿਲਕੁਲ ਜੀ ਬਹੁਤ ਜ਼ਬਰਦਸਤ ਗਲੀ ਹੈ ਜਨਾਬ ਚੰਪ ਵੀ ਹੁਣ ਅਸੀਂ ਜਨਾਬ ਇੱਧਰ ਥੋੜ੍ਹਾ ਜਿਹਾ ਰਾਇਤਾ ਵੀ ਟੇਸਟ ਕਰਨੇ ਆ ਵੀ ਦੱਸਣੇ ਆ ਕਿਸ ਤਰ੍ਹਾਂ ਬਣਿਆ ਠੀਕ ਹੈ ਜੀ ਬਿਸਮਿਲ੍ਲਾਹਿਰ ਮਾਸ਼ਾਅੱਲਾ ਦੋਵੇਂ ਚੀਜ਼ਾਂ ਜਨਾਬ ਬਿਹਤਰੀਨ ਬਣੀਆਂ ਸੋਰੀ ਬਿਸਮਿਲ੍ਲਾਹਿਰ ਮਾਸ਼ਾਅੱਲਾ ਜੀ ਬਿਰਿਆਨੀ ਜ਼ਬਰਦਸਤ ਬਣੀ ਹੈ ਜੀ ਬਿਲਕੁਲ ਜਨਾਬ ਤੁਸੀਂ ਭੈਣ ਭਰਾ ਇਸ ਤਰ੍ਹਾਂ ਰੈਸਪੀ ਕੀ ਸਾਰੀ ਕਿ ਲਾਇਆ ਟੀ ਵੀ ਕੀ ਤੱਕ ਫਾਲੋ ਕਰਿਆ ਔਰ ਇਸ ਤਰ੍ਹਾਂ ਚੀਜ਼ ਬਣਾਇਆ ਤੁਸੀਂ ਬਹੁਤ ਨਾਇਸ ਬਣਨੀ ਹੈ ਠੀਕ ਹੈ ਜੀ ਉਮੀਦ ਕਰਨਾ ਅੱਜ ਦੀ ਜਿਹੜੀ ਵੀਡੀਓ ਸਾਰਿਆਂ ਪਸੰਦ ਕੀਤੀ ਹੋਈ ਸੀ ਔਰ ਲਾਇਕ ਕਰਨਾ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਕੀ ਤਾਂ ਕਿ ਚੈਨਲ ਜਿਹੜਾ ਅੱਗੇ ਟੁਰਿਆ ਹੋਣਾ ਜੀ ਤੁਸੀਂ ਭੈਣ ਭਰਾ ਦੀ ਸਪੋਰਟ ਦੀ ਜ਼ਰੂਰਤ ਹੈ ਤਾਂ ਬਿਲਕੁਲ ਜਨਾਬ ਹੁਣ ਕੈਮਰਾਮੈਨ ਕੀ ਤਾਂ ਮੈਂ ਇਜਾਜ਼ਤ ਦਿਓ ਸੀ ਆਵਾਜ਼